ਪਰਮਵੀਰ ਸਿੰਘ ਵਾੜ ਸਾਹਿਬ ਆਪਣੇ ਨਾਲ ਹਾਜ਼ਰ ਹੋ ਚੁੱਕੇ ਨੇ ਤੇ ਇਹਨਾਂ ਦਾ ਆਪਾਂ ਸਵਾਗਤ ਕਰਾਂਗੇ ਤੇ ਨਾਲ ਨਾਲ ਸਵਾਗਤ ਕਰਦੇ ਹਾਂ ਉਹਨਾਂ ਸ਼ਖਸੀਅਤਾਂ ਦਾ ਜਿਹੜੀਆਂ ਸਾਨੂੰ ਸਾਥ ਸਹਿਯੋਗ ਦਿੰਦੀਆਂ ਤੇ ਇਹਨਾਂ ਚ ਇੱਕ ਨਾਂ ਬਾਈ ਜਸਵਿੰਦਰ ਸਿੰਘ ਮਿਸੀਸੀਪੀ ਵਾਲੇ, ਦੂਸਰਾ ਜਸਵੰਤ ਸਿੰਘ ਸੋਹਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਸਾਨੂੰ ਸਾਥ ਸਹਿਯੋਗ ਦਿੰਦੇ ਆ। ਵਾੜ ਸਾਹਿਬ ਤੁਹਾਡਾ ਵੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਦਰ ਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖ਼ਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਤੇ ਜ਼ਲਿਆਂ ਵਾਲਾ ਬਾਗ, ਜ਼ਲਿਆਂ ਵਾਲਾ ਬਾਗ, ਅਸੀਂ ਜ਼ਲਿਆਂ ਵਾਲਾ ਸਮਝਦੇ ਰਹੇ ਪਹਿਲਾਂ ਬੋਲਣ ਚ। ਤੇ ਵਾੜ ਸਾਹਿਬ, ਉਥੋਂ ਦੀਆਂ ਕਈ ਖ਼ਬਰਾਂ ਇਕੱਠੀਆਂ ਜੀ, ਇੱਕ ਸ਼ਹੀਦ ਆਜ਼ਮ, ਸ਼ਹੀਦ ਊਧਮ ਸਿੰਘ, ਸ਼ਹੀਦ ਆਜ਼ਮ ਨੀ, ਉਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ, ਬੜੀ ਦੇਰ ਬਾਅਦ ਯਾਦ ਆਇਆ, ਚਲੋ ਦੇਰ ਆਏ ਦਰੁਸਤ ਆਏ। ਇੱਕ ਪਾਸੇ ਖ਼ਬਰਾਂ ਇਹੋ ਜਿਹੀਆਂ ਵੀ ਮੈਂ ਦੇਖੀਆਂ ਸੀ ਕਿ ਸ਼ਹੀਦ ਹੀ ਨੀ ਮੰਨਿਆ ਜਾ ਰਿਹਾ ਉਥੋਂ ਦੇ ਮੁਤਾਬਕ ਤਾਂ। ਸੁਖਨੈਬ ਜੀ, ਗੱਲ ਤੁਹਾਡੀ ਠੀਕ ਹੈ। ਜਦੋਂ ਪਿਛਲੀ ਵਾਰ ਆਪਾਂ ਜਲਿਆਂ ਵਾਲੇ ਬਾਗ ਦੇ ਨਾਲ ਸੰਬੰਧਿਤ ਖ਼ਬਰ ਰੇਡੀਓ ਚੰਨ ਪ੍ਰਦੇਸੀ ਦੇ ਨਾਲ ਸਾਂਝੀ ਕੀਤੀ ਸੀ, ਬਾਤਾਂ ਇਹ ਸਾਹਮਣੇ ਆਈਆਂ ਸੀ ਜੀ, ਜਲਿਆਂ ਵਾਲੇ ਬਾਗ ਦੀ ਸਾਂਭ ਸੰਭਾਲ ਕਰਨ ਵਾਲਾ ਜਿਹੜਾ ਟਰੱਸਟ ਹੈ ਉਹਦਾ ਮੁੱਖ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ। ਪ੍ਰਧਾਨ ਮੰਤਰੀ ਭਾਵੇਂ ਡਾਕਟਰ ਮਨਮੋਹਨ ਸਿੰਘ ਹੋਵੇ, ਭਾਵੇਂ ਵਾਜਪੇਈ ਹੋਵੇ ਤੇ ਭਾਵੇਂ ਨਰਿੰਦਰ ਦਮੋਦਰ ਦਾਸ ਮੋਦੀ ਹੋਣ ਜੀ, ਪ੍ਰਧਾਨ ਉਹਦਾ ਪ੍ਰਧਾਨ ਮੰਤਰੀ ਨਹੀਂ ਰਹਿਣਾ ਜੀ, ਪੰਜਾਬ ਸੂਬੇ ਦਾ ਮੁੱਖ ਮੰਤਰੀ ਉਹਦਾ ਮੈਂਬਰ ਹੁੰਦਾ। ਇਹਦਾ ਮਤਲਬ ਹੈ ਕਿ ਕਮੀ ਬੇਸ਼ੀ ਕੋਈ ਨੀ, ਕੇਂਦਰ ਸਰਕਾਰ ਦੀ ਆਪਣੀ ਤੇ ਸੂਬੇ ਦੀ ਸਰਕਾਰ ਦੀ ਆਪਣੀ, ਤੇ ਜਿਸ ਥਾਂ ਦੇ ਟਰੱਸਟ ਦਾ ਮੁਖੀ ਦੇਸ਼ ਦਾ ਪ੍ਰਧਾਨ ਮੰਤਰੀ ਤੇ ਮੈਂਬਰ ਸੂਬੇ ਦਾ ਮੁੱਖ ਮੰਤਰੀ ਹੋਵੇ ਉਹਨੂੰ ਰੁਪਈਆ ਦੇ ਪੱਖੋਂ ਤਾਂ ਕੋਈ ਘਾਟ ਆਉਣੀ ਨੀ ਚਾਹੀਦੀ, ਪਰ ਜਲਿਆਂ ਵਾਲੇ ਬਾਗ ਦੀ ਫਰਸ਼ ਦੀ ਕੁੱਤੀ, ਉੱਥੇ ਪਾਣੀ ਦਾ ਵੀ ਪ੍ਰਬੰਧ ਕੋਈ ਨਾ, ਉੱਥੇ ਜਿਹੜੇ ਹਜ਼ਾਰਾਂ ਲੱਖ ਲੋਕ ਰੋਜ਼ਾਨਾ ਆਉਂਦੇ ਨੇ ਸ਼ਹੀਦਾਂ ਨੂੰ ਸਿੱਜਦਾ ਕਰਨ ਦੇ ਲਈ, ਉਹਨਾਂ ਦੇ ਬੈਠਣ ਦਾ ਢੁਕਵਾਂ ਪ੍ਰਬੰਧ ਵੀ ਕੋਈ ਨਾ ਜੀ। ਸਭ ਤੋਂ ਵੱਡੀ ਗੱਲ ਕਿ ਜਲਿਆਂ ਵਾਲੇ ਬਾਗ ਜਦੋਂ ਸਾਕਾ ਹੋਇਆ 13 ਅਪ੍ਰੈਲ 1919 ਨੂੰ, ਉਦੋਂ ਉਹ ਸਾਕਾ ਕਿਉਂ ਵਾਪਰਿਆ, ਮਾਹੌਲ ਕੀ ਸੀ, ਸਥਿਤੀਆਂ ਕੀ ਸੀ, ਲੋਕ ਕਿਉਂ ਇਕੱਠੇ ਹੋਏ, ਉਹਨਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ, ਤੇ ਉਹਦੇ ਤੋਂ ਬਾਅਦ ਸ਼ਹੀਦ ਊਧਮ ਸਿੰਘ ਹੋਰਾਂ ਨੇ ਕਿੰਨਾ ਕੁ ਚਿਰ ਸਬਰ ਕੀਤਾ, ਕਿੰਨਾ ਕੁ ਚਿਰ ਤਿਆਗ ਕੀਤਾ, ਕਿਹੜੇ ਢੰਗ ਤਰੀਕੇ ਦੇ ਨਾਲ ਬਦਲਾ ਲਿਆ। ਇੱਕ ਲੇਜ਼ਰ ਸ਼ੋਅ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਜਾਂਦਾ ਸੀ ਜਿਹੜਾ ਕਿ ਇਹਨਾਂ ਸਾਰੀਆਂ ਸਥਿਤੀਆਂ ਨੂੰ ਰੂਪਮਾਨ ਦਾ ਯਤਨ ਕਰਦਾ ਸੀ ਜੀ। ਪਰ ਹੈਰਾਨੀ ਦੀ ਗੱਲ ਹੈ, ਕਈ ਵਾਰੀ ਹੋ ਗਿਆ ਉਹ ਲੇਜ਼ਰ ਸ਼ੋਅ ਬੰਦ ਪਿਆ ਕਿਉਂਕਿ ਮਸ਼ੀਨ ਖਰਾਬ ਹੈ, 2-4 ਲੱਖ ਰੁਪਈਆ ਲੱਗਣਾ, ਪਰ ਨਾ ਸਾਡੀ ਕੇਂਦਰ ਸਰਕਾਰ ਦੇ ਕੋਲ ਹੈ ਤੇ ਨਾ ਸੂਬੇ ਦੀ ਸਰਕਾਰ ਕੋਲ ਹੈ। ਹਾਲਾਂਕਿ ਜਦੋਂ ਦੀਆਂ ਉਹ ਮਸ਼ੀਨਾਂ ਖਰਾਬ ਹੋਈਆਂ, ਉਹ ਯੰਤਰ ਖਰਾਬ ਹੋਏ ਆ, ਉਹਦੇ ਤੋਂ ਬਾਅਦ ਸੂਬਾ ਸਰਕਾਰ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਆਪਣੇ ਮੰਤਰੀਆਂ, ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਦੀਆਂ ਤਨਖਾਹਾਂ ਤੇ ਭੱਤੇ ਵਧਾ ਵੀ ਚੁੱਕੇ ਆ ਜੀ। ਹੁਣ ਜਿਹੜਾ ਸ਼ਹੀਦ ਊਧਮ ਸਿੰਘ ਦਾ ਬੁੱਤ, ਜਿਹਦਾ ਉਦਘਾਟਨ ਕੇਂਦਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਕੀਤਾ, SCPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੇ ਪਹਿਲਾਂ ਰਾਜਨਾਥ ਸਿੰਘ ਹੋਰਾਂ ਦਾ ਸਨਮਾਨ ਵੀ ਕੀਤਾ ਕਿਉਂਕਿ ਉਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸੀ, ਚੰਦੂ ਮਾਜਰਾ ਸਾਹਿਬ, ਸਾਧੂ ਸਿੰਘ ਧਰਮਸੋ ਤੇ ਸਾਡੀ ਜਲਿਆਂ ਵਾਲੇ ਬਾਗ ਦੇ ਵਿੱਚ ਨਾਲ ਸੀ ਰਾਜਨਾਥ ਸਿੰਘ ਹੋਰਾਂ ਦੇ। ਹੁਣ ਉਹ ਬੁੱਤ ਜਿਹੜਾ ਲੱਗਿਆ, ਬੜੀ ਚੰਗੀ ਗੱਲ ਹੈ ਕਿ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਿਆ ਕਰਨਗੇ, ਬੱਚੇ ਲੈ ਕੇ ਜਾਇਆ ਕਰਨਗੇ, ਪੁੱਛਿਆ ਕਰਨਗੇ ਕਿ ਭਾਈ ਆ ਬੁੱਤ ਕੀ ਦਾ, ਫਿਰ ਦੱਸਿਆ ਕਰਨਗੇ ਕਿਆ ਕੁਝ ਹੋਇਆ ਸੀ। ਪਰ ਇਹ ਬੁੱਤ ਦੀ ਪ੍ਰਵਾਨਗੀ ਮੈਨੂੰ ਪਤਾ ਲੱਗਿਆ ਕਿ 15-20 ਸਾਲਾਂ ਦਾ ਸਮਾਂ ਲੱਗ ਗਿਆ, ਅਪਰੋਚ ਕੀਤੀ ਹੋਏਗੀ ਪਰ ਫਿਰ ਵੀ 15 ਸਾਲ ਲੱਗ ਗਿਆ ਫਿਰ ਕਿਤੇ ਜਾ ਕੇ ਪ੍ਰਵਾਨਗੀ ਮਿਲੀ। ਹਾਲਾਂਕਿ ਮੈਨੂੰ ਲੱਗਦਾ ਕਿ ਦੇਸ਼ ਟਰੱਸਟ ਦਾ ਪ੍ਰਧਾਨ, ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਮੈਂਬਰ ਸੂਬੇ ਦਾ ਮੁੱਖ ਮੰਤਰੀ ਹੈ, ਉਹਨਾਂ ਨੂੰ ਜ਼ਿੰਮੇਵਾਰੀ ਆਪ ਹੀ ਨਿਭਾ ਲੈਣੀ ਚਾਹੀਦੀ ਸੀ। ਪਿਤਾ ਦੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ ਇੱਕ ਵੱਖਰਾ ਮੁੱਦਾ, ਉਹਨਾਂ ਸ਼ਹੀਦਾਂ ਦੇ ਵਿਚਾਰ ਕੀ ਸੀ, ਉਹਨਾਂ ਸ਼ਹੀਦਾਂ ਦੀ ਜੀਵਨ ਜੀਵਨ ਦੀ ਸ਼ੈਲੀ ਕੀ ਸੀ, ਉਹ ਸਿਧਾਂਤ ਕਿਹੜੇ ਲੈ ਕੇ ਚੱਲਦੇ ਸੀ, ਇਹਨਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ। ਬੁੱਤ ਤਾਂ ਬਥੇਰੇ ਹੋਏ ਸੀ, ਕਿੰਨੇ ਕੁ ਭਾਵੁਕ ਹੁੰਦੇ ਆ ਤੇ ਕਿੰਨੇ ਕੁ ਭਾਵਨਾ ਦੇ ਨਾਲ ਜੁੜਦੇ ਆ, ਸਵਾਲ ਇਹ ਵੀ ਖੜੇ ਦਾ ਖੜਾ, ਪਰ ਸ਼ਹੀਦ ਊਧਮ ਸਿੰਘ ਦਾ ਬੁੱਤ ਜੇ ਜਲਿਆਂ ਵਾਲੇ ਬਾਗ ਦੇ ਵਿੱਚ ਲੱਗਿਆ ਤਾਂ ਚੰਗਾ ਹੋਇਆ। ਹਾਲਾਤ ਇਹ ਨੇ ਜਿੱਧਰਲੇ ਪਾਸੇ ਤੁਸੀਂ ਜ਼ਿਕਰ ਕੀਤਾ ਕਿ ਅਗਲੇ ਵਰੇ 100 ਸਾਲ ਮੁਕੰਮਲ ਹੋ ਜਾਣੇ ਆ ਜਲਿਆਂ ਵਾਲਾ ਬਾਗ ਦਾ ਕਾਂਡ ਹੋਏ ਨੂੰ, ਸਾਕਾ ਹੋਏ ਨੂੰ, ਪਰ ਅਜੇ ਤੱਕ ਸਾਡੀਆਂ ਸਰਕਾਰਾਂ ਭਾਵੇਂ ਸੂਬੇ ਦੀਆਂ ਤੇ ਭਾਵੇਂ ਕੇਂਦਰ ਦੀਆਂ, ਸੁਖਨੈਬ ਜੀ, ਤੈਅ ਨਹੀਂ ਕਰ ਸਕੀਆਂ ਜਿਸ ਕਾਂਡ ਨੇ, ਜਿਸ ਸਾਕੇ ਦਾ ਦੇਸ਼ ਹਿਲਾ ਕੇ ਰੱਖ ਦਿੱਤਾ ਸੀ, ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਹੁਲਾਰਾ ਦਿੱਤਾ ਸੀ, ਉਸ ਸਾਕੇ ਦੇ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਸੀ ਸਰਕਾਰੀ ਗੋਲੀਆਂ ਦੇ ਨਾਲ। ਬੜੀ ਅਜੀਬ ਗੱਲ ਹੈ ਕਿ ਜਦੋਂ ਆਪਾਂ ਜਲਿਆਂ ਵਾਲੇ ਬਾਗ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਤਾਂ ਉਦੋਂ ਬਾਹਰ ਜਿਹੜੇ ਬੁੱਤ ਲੱਗੇ ਹੋਏ ਨੇ, ਉਸ ਬੁੱਤ ਦੇ ਹੇਠਾਂ
ਲਿਖਿਆ ਹੋਇਆ ਕਿ 473 ਲੋਕ ਸਰਕਾਰੀ ਗੋਲੀਆਂ ਦਾ ਸ਼ਿਕਾਰ ਹੋਏ ਸੀ 13 April 1919 ਨੂੰ। ਚਲੋ ਅੰਕੜਾ ਆਪਾਂ ਨੂੰ ਪਤਾ ਲੱਗ ਗਿਆ। ਉਸ ਤੋਂ ਬਾਅਦ ਜਦੋਂ ਅੰਦਰ ਗਏ ਬੋਰਡ ਲੱਗਾ ਹੋਇਆ ਉੱਥੇ ਲਿਖਿਆ ਹੋਇਆ ਕਿ 379 ਲੋਕ ਜਿਹੜੇ ਨੇ ਉਹ ਸ਼ਹੀਦ ਹੋਏ ਸੀ, 1500 ਜ਼ਖਮੀ ਹੋਏ ਸੀ। ਫਰਕ ਆ ਗਿਆ। ਇਹਦੇ ਤੋਂ ਬਾਅਦ ਜੀ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਜਾ ਕੇ ਪੁੱਛੀਏ, ਉਹ ਕਹਿੰਦੇ ਜੀ 501 ਵਿਅਕਤੀ ਜਿਹੜੇ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਚ ਮਾਰੇ ਗਏ ਸੀ। ਹੁਣ ਤਿੰਨ ਥਾਵਾਂ ਤੋਂ ਸਾਨੂੰ ਅੰਕੜਾ ਪਤਾ ਲੱਗਦਾ, ਤਿੰਨੇ ਅੰਕੜੇ ਅੱਡੋ ਅੱਡ ਨੇ। ਤੇ ਜਦੋਂ ਸਰਕਾਰ ਤੋਂ ਪੁੱਛੀ ਉਹ ਕਹਿੰਦੇ ਸਾਡੇ ਕੋਲ ਲਿਸਟ ਹੀ ਕੋਈ ਨਹੀਂ, ਸਰਕਾਰ ਇਹਨਾਂ ਇਹਨਾਂ ਅੱਜਾਂ ਦੇ ਵਿੱਚੋਂ ਕਿਸੇ ਲਿਸਟ ਨੂੰ ਪ੍ਰਵਾਨਗੀ ਦੇ ਗਿਆ ਹੀ ਨਹੀਂ। ਤੇ ਪਤਾ ਇਹ ਵੀ ਲੱਗਿਆ ਕਿ ਪਹਿਲਾਂ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਗੱਲ ਜਿਹੜੀ ਪ੍ਰਚਾਰੀ ਜਾ ਰਹੀ ਸੀ ਕਿ ਭਾਰਤ ਦੀ ਸਰਕਾਰ, ਪੰਜਾਬ ਦੀ ਸਰਕਾਰ ਜਲਿਆਂ ਵਾਲੇ ਬਾਗ ਦੇ ਸਾਕੇ ਦੇ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਨੇ, ਕੌਣ ਕੌਣ ਨੇ, ਕਿੰਨੇ ਲੋਕ ਜ਼ਖਮੀ ਹੋਏ ਨੇ, ਕੌਣ ਕੌਣ ਨੇ, ਉਹਨਾਂ ਦੀਆਂ ਲਿਸਟਾਂ ਤਿਆਰ ਕਰਾ ਰਹੀ ਹੈ। ਪਰ ਉਹਦੇ ਤੋਂ ਬਾਅਦ ਕਈ ਵਾਰੇ ਹੋ ਕੇ ਹੁਣ ਪਤਾ ਹੀ ਨਹੀਂ ਕਿ ਲਿਸਟਾਂ ਕੋਈ ਤਿਆਰ ਕਰਦਾ ਕਿ ਨਹੀਂ ਕਰਦਾ। ਹੁਣ ਦੂਸਰੀ ਗੱਲ, ਇੱਥੇ ਵੀ ਪਤਾ ਲੱਗਿਆ ਕਿ ਜਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਸ਼ਹੀਦ ਊਧਮ ਸਿੰਘ ਹੋਰਾਂ ਦਾ ਬੁੱਤ ਲੱਗਿਆ, ਉਹਦੇ ਬਾਬਤ ਵੀ ਇੱਕ ਵਿਸ਼ੇਸ਼ ਭਾਈਚਾਰੇ ਦੇ ਜਥੇਬੰਦੀ ਨੇ ਪ੍ਰਪੋਜ਼ਲ ਤਿਆਰ ਕੀਤੀ ਹੋਏਗੀ, ਕੋਸ਼ਿਸ਼ ਕੀਤੀ ਹੋਏਗੀ ਤਾਂ ਜਾ ਕੇ ਲੱਗਿਆ। ਜਿਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਵਧਾਈਆਂ, ਉਹਨਾਂ ਨੂੰ ਸ਼ੁਭ ਇਛਾਵਾਂ ਕੀਤਾ। ਘੱਟੋ ਘੱਟ ਉਹਨਾਂ ਨੂੰ ਸ਼ਹੀਦ ਦਾ ਚੇਤੇ ਦਿੱਤਾ, ਪਰ ਨਾਲ ਦੀ ਨਾਲ ਸਾਨੂੰ ਕਿਤੇ ਨਾ ਕਿਤੇ ਇਸ ਗੱਲ ਦੇ ਅੰਗ ਸੰਗ ਵੀ ਰਹਿਣਾ ਚਾਹੀਦਾ ਕਿ ਸ਼ਹੀਦ ਕਿਸੇ ਭਾਈਚਾਰੇ ਵਿਸ਼ੇਸ਼ ਤੇ ਨਹੀਂ ਹੁੰਦੇ, ਸ਼ਹੀਦ ਕਿਸੇ ਖਿੱਤੇ ਵਿਸ਼ੇਸ਼ ਤੇ ਨਹੀਂ ਹੁੰਦੇ ਕਿ ਭਾਈ ਉਹ ਮਲਵਈ, ਉਹ ਮਲੈਲ, ਉਹ ਦੁਆਬੀਆ। ਸ਼ਹੀਦ ਜਿਹੜੇ ਆ ਮਨੁੱਖਤਾ ਦੇ ਹੁੰਦੇ ਆ, ਪੂਰੇ ਦੇਸ਼ ਦੇ ਹੁੰਦੇ ਆ, ਪੂਰੀ ਕੌਮ ਦੇ ਹੁੰਦੇ ਆ। ਇਸ ਕਰਕੇ ਕਿਤੇ ਸ਼ਹੀਦ ਊਧਮ ਸਿੰਘ ਨੂੰ ਕਿਸੇ ਵਲਗਣ ਦੇ ਵਿੱਚ ਬੰਨ ਕੇ ਨਾ ਦੇਖਿਆ ਜਾਏ, ਉਹਨਾਂ ਦੀ ਕੁਰਬਾਨੀ ਦੇਖਿਆ ਜਾਏ, ਉਹਨਾਂ ਨੇ ਕਿਸ ਚੀਜ਼ ਨੇ ਉਹਨਾਂ ਨੂੰ ਝੰਜੋੜਿਆ ਸੀ, ਉਸ ਚੀਜ਼ ਨੂੰ ਦੇਖਿਆ ਜਾਏ, ਉਹਦੇ ਪਿੱਛੇ ਜਿਹੜੀ ਭਾਵਨਾ ਕੰਮ ਕਰਦੀ ਸੀ, ਹਾਲਾਤ ਉਧਰਲੇ ਪਾਸੇ ਨੂੰ ਲੈ ਕੇ ਜਾਏ। ਉਮੀਦ ਕਰਦੇ ਆ ਕਿ ਸ਼ਹੀਦ ਊਧਮ ਸਿੰਘ ਦਾ ਬੁੱਤ ਜਿੱਥੇ ਲੱਗਾ, ਉਸ ਜਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਖੂਹ ਹੈ, ਜਿੱਥੇ ਬਹੁਤ ਸਾਰੇ ਲੋਕ ਉਹਦੇ ਛਾਲਾਂ ਮਾਰ ਗਿਆ ਸੀ, ਉਸ ਖੂਹ ਦੇ ਵਿੱਚ ਜਿਹੜੇ ਪੈਸੇ ਕਈ ਵਾਰੀ ਲੋਕ ਚੜਾ ਦਿੰਦੇ ਆ, ਮੁੜ ਕੇ ਕਦੇ ਇਹ ਰੱਖਿਆ ਜਾਊਗਾ ਕਿ 7 ਰੁਪਈਏ ਹੀ ਹੁੰਦੇ ਆ, ਜਿੰਨੇ ਰੁਪਈਏ ਹੁੰਦੇ ਆ ਇਮਾਨਦਾਰੀ ਦੇ ਨਾਲ ਸਰਕਾਰੀ ਖਜ਼ਾਨੇ ਚ ਜਮ੍ਹਾਂ ਹੋਣ ਤਾਂ ਚੰਗਾ। ਅੱਜ ਰਾਜਨਾਥ ਸਿੰਘ ਹੋਰੀ ਆਏ, ਬੜਾ ਮਾਣ ਸਤਿਕਾਰ ਹੈ ਭਾਈ, ਉਹਨੇ ਤਾਂ ਕੇਂਦਰ ਦੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਆਣ ਕੇ ਬੁੱਤ ਤੋਂ ਪਰਦਾ ਚੁੱਕਿਆ, ਧੰਨਵਾਦ ਉਹਨਾਂ ਦਾ। ਪਰ ਬਹੁਤ ਖੁਸ਼ੀ ਹੁੰਦੀ ਸੁਖਨਾਸੀ ਜੇ ਕਿਤੇ ਕੇਂਦਰ ਸਰਕਾਰ ਦੇ ਖਰਚੇ ਤੇ 4 ਪੰਜਾਬੀ, ਹਿੰਦੀ ਤੇ ਇੰਗਲਿਸ਼ ਜਾਣਨ ਵਾਲੀ ਉੱਥੇ ਬਾਈ ਭਰਤੀ ਕਰਨ ਦਾ ਐਲਾਨ ਕਰ ਦਿੰਦੇ, 15 ਦਿਨਾਂ ਦੇ ਵਿੱਚ ਆਏ ਲੋਕ ਜੀ, ਕਿਉਂਕਿ ਜਿੱਥੇ ਆਪਾਂ ਬੁੱਤ ਲਾਇਆ ਤੇ ਥਾਂ ਦੇ ਉੱਤੇ ਲੱਖਾਂ ਉਗਲਾਂ ਲੋਕ ਰੋਜ਼ਾਨਾ ਆਉਂਦੇ ਨੇ, ਉਸ ਥਾਂ ਦੀ ਮਹੱਤਤਾ ਬਾਰੇ ਦੱਸਣ ਨੂੰ ਵੀ ਕੋਈ ਹੋਵੇ, ਜਿਹਦਾ ਧਾਰਾ ਪ੍ਰਵਾਹ ਭਾਸ਼ਾ ਦੇ ਵਿੱਚ ਕੰਟਰੋਲ ਹੋਵੇ ਕਿ ਭਾਈ ਉਹ ਪੰਜਾਬੀ ਵੀ ਚੰਗੀ ਬੋਲੇ, ਹਿੰਦੀ ਵੀ ਬੋਲੇ ਤੇ ਇੰਗਲਿਸ਼ ਵੀ ਬੋਲੇ, ਘੱਟੋ ਘੱਟ ਆਉਣ ਜਾਣ ਵਾਲੇ ਵਫਦਾਂ ਨੂੰ ਪਤਾ ਤਾਂ ਲੱਗੇ ਕਿ ਭਾਈ ਇਸ ਥਾਂ ਦੀ ਮਹੱਤਤਾ ਕੀ ਹੈ, ਉਦੋਂ ਦਾ ਮਾਹੌਲ ਕੀ ਸੀ, ਤੇ ਸਾਡੇ ਤੋਂ ਲੇਜ਼ਰ ਸ਼ੋਅ ਨਹੀਂ ਵੀ ਚਲਾ ਹੁੰਦਾ ਤਾਂ ਘੱਟੋ ਘੱਟ ਅਸੀਂ ਚੰਗੇ ਗਾਈਡ ਤਾਂ ਉੱਥੋਂ ਕੰਮ ਕਰਾ ਦਈਏ। ਪਰ ਹਾਲ ਚ ਨਹੀਂ, ਨਾ ਸੂਬੇ ਦੀ ਸਰਕਾਰ ਨੂੰ ਤੇ ਨਾ ਕੇਂਦਰ ਦੀ ਸਰਕਾਰ ਨੂੰ ਸਟੈਪ ਜੀ ਇੱਧਰਲੇ ਪਾਸੇ ਕੋਈ ਖਾਸ ਧਿਆਨ ਜਿਹੜਾ ਉਹ ਦੇਣ ਦਾ ਸਮਾਂ ਨਹੀਂ ਲੱਗਿਆ ਲੱਗਦਾ। ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਇੱਦਾਂ ਦੀਆਂ ਯਾਦਗਾਰਾਂ ਦੇ ਪ੍ਰਤੀ ਸਾਡਾ ਧਿਆਨ ਚੰਗੇ ਤਰੀਕੇ ਸੁਰੱਖਿਅਤ ਪੂਰਵਕ ਕਾਇਮ ਰਹਿ, ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ। ਪੰਜਾਬ ਸਰਕਾਰ ਨੇ ਕੀ ਕਰਤੇ ਜੀ ਫੈਸਲੇ ਅੱਜ? ਸੁਖਨਾਬ ਜੀ, ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੁਣ ਖਬਰਾਂ ਵਾਲਾ, ਤੇ ਉਦੋਂ ਕੋਈ ਅਧੀਏ ਪਾਈਏ ਦੀ ਗੱਲ ਤੁਸੀਂ ਕੀਤੀ, ਉਹ ਫੈਸਲਾ ਸਭ ਤੋਂ ਵੱਡਾ ਫੈਸਲਾ ਹੋ ਗਿਆ ਅੱਜ, ਕਿਉਂਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਬੜੀ ਮਹੱਤਵਪੂਰਨ ਅੱਜ ਇੱਕ ਮੀਟਿੰਗ ਸੀ। ਹਾਲਾਂਕਿ ਉਹ ਮੀਟਿੰਗ ਅਜੇ ਥੋੜੀ ਦੇਰ ਪਹਿਲਾਂ ਸਮਾਪਤ ਹੋਈ ਹੈ, ਪੂਰੇ ਵੇਰਵੇ ਤਾਂ ਨਹੀਂ ਉਹਦੇ ਆ ਸਕੇ, ਪਰ ਜਿੰਨੇ ਕੁ ਵੇਰਵੇ ਆਏ ਸੀ ਉਹਨਾਂ ਵੇਰਵਿਆਂ ਦੇ ਮੁਤਾਬਿਕ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਭਾਈ ਆਹ ਚੀਜ਼ਾਂ ਜਿਹੜੀ ਨਾ ਸਾਡੀ ਅਗਲੀ ਸ਼ਰਾਬ ਦੀ ਨੀਤੀ ਜਿਹੜੀ ਹੈ ਉਹਦੇ ਵਿੱਚ ਸ਼ਾਮਿਲ ਹੋਣਗੀਆਂ। ਚੇਤੇ ਵੀ ਕਰਾ ਦੇਣਾ ਬਣਦਾ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਬੰਦੇ ਸ਼ਰਾਬ ਬਣਾਉਂਦੇ ਸੀ, ਪ੍ਰਾਈਵੇਟ ਹੀ ਵੇਚਦੇ ਸੀ, ਸਰਕਾਰ ਕੇਵਲ ਉਹਨਾਂ ਤੋਂ ਇੱਕ ਬੱਝੇ ਪੈਸੇ ਲੈਂਦੀ ਸੀ ਕਿ ਭਾਈ ਆਹ ਠੇਕਾ ਤੁਹਾਨੂੰ ਦਿੱਤਾ, ਇੰਨੇ ਪੈਸੇ ਦੇ ਦਿਓ, ਅੱਗੋਂ ਤੁਸੀਂ ਸ਼ਰਾਬ ਵੇਚ ਕੇ ਪੈਸੇ ਕਮਾ ਲਓ। ਪਰ ਹੁਣ ਕਿਉਂਕਿ ਸਾਡੀਆਂ ਸਰਕਾਰਾਂ ਇਸ ਭੁਲੇਖੇ ਦੇ ਵਿੱਚ ਨੇ ਕਿ ਜੋ ਵੀ ਆਮਦਨ ਸੂਬੇ ਦੀ ਹੋਣੀ ਹੈ ਸ਼ਰਾਬ ਤੋਂ ਹੋਣੀ ਹੈ, ਹੋਰ ਕਿਸੇ ਪਾਸੇ ਆਮਦਨ ਆ ਹੀ ਨਹੀਂ ਸਕਦੀ, ਇਨਕਮ ਨਹੀਂ ਹੋਣੀ। ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਕਈ ਵਸਤੂ ਤੋਰੇ, ਕੋਈ ਤਾਮਿਲਨਾਡੂ, ਕੋਈ ਕੇਰਲ, ਕੋਈ ਰਾਜਸਥਾਨ, ਕਿ ਭਾਈ ਤੁਸੀਂ ਉੱਥੇ ਜਾ ਕੇ ਉੱਥੋਂ ਦੀ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਅੱਗੇ ਕਰੋ, ਕਿਉਂਕਿ ਪਤਾ ਲੱਗਿਆ ਸੀ ਕਿ ਇਹਨਾਂ ਤਿੰਨਾਂ ਚਾਰਾਂ ਸੂਬਿਆਂ ਦੇ ਵਿੱਚ ਸਰਕਾਰ ਨੇ ਆਪਣਾ ਕੰਟਰੋਲ
ਕੀਤਾ ਹੋਇਆ ਸ਼ਰਾਬ ਦੇ ਕਾਰੋਬਾਰ ਤੇ ਪੈਸੇ ਉਹ ਬੜੇ ਕਮਾਉਂਦੇ ਨੇ। ਹੁਣ ਅੱਜ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਦਾਂ ਦਾ ਕੋਈ ਕੰਟਰੋਲ ਜਿਹੜਾ ਆਪਣੇ ਹੱਥ ਲਿਆ ਕਿ ਨਹੀਂ ਲਿਆ, ਇਹਦਾ ਵੇਰਵਾ ਤਾਂ ਅਜੇ ਨਹੀਂ ਆ ਸਕਿਆ। ਪਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਦੋਂ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਰਿਪੋਰਟ ਦਿੱਤੀ ਪੱਤਰਕਾਰਾਂ ਨੂੰ ਬਰੀਫ ਕੀਤਾ ਤੇ ਉਹ ਕਹਿੰਦੇ ਜੀ ਦੇਖੋ ਅਸੀਂ ਸ਼ਰਾਬ ਦਾ ਕੋਟਾ ਘਟਾ ਦਿੱਤਾ। ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਕਿ ਦੇਸੀ ਸ਼ਰਾਬ ਦੇ ਰੇਟ ਅਸੀਂ 20% ਘਟਾ ਦਿੱਤੇ। ਇਹ ਵੀ ਕਹਿ ਦਿੱਤਾ ਕਿ ਪਿਛਲੀ ਵਾਰੀ 5100 ਕਰੋੜ ਰੁਪਈਏ ਦੀ ਆਮਦਨ ਸਾਰੇ ਸਾਲ ਦੇ ਵਿੱਚ ਸਾਨੂੰ ਸ਼ਰਾਬ ਦੀ ਵਿਕਰੀ ਹੋਈ ਸੀ, ਐਤਕੀ ਅਸੀਂ ਆਮਦਨ 5100 ਕਰੋੜ ਤੋਂ ਵਧਾ ਕੇ 6000 ਕਰੋੜ ਕਰਨ ਦਾ ਟੀਚਾ ਰੱਖਿਆ। ਕਿ ਸ਼ਰਾਬ ਦਾ ਕੋਟਾ ਘਟਾਇਆ ਗਿਆ ਪਰ ਕਹਿੰਦੇ ਸੀ ਕਿ ਹਰ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਤੇ ਅਸੀਂ 5% ਘਟਾਉਣੀ ਹੈ। ਉਹ ਠੇਕਿਆਂ ਦੀ ਗਿਣਤੀ ਘਟਾਈ ਕਿ ਨਹੀਂ ਘਟਾਈ ਸਪਸ਼ਟ ਨਹੀਂ ਹੋ ਸਕਿਆ। ਇਹਦੇ ਨਾਲ ਨਾਲ ਦੇਸੀ ਸ਼ਰਾਬ ਦੇ ਭਾਅ ਘਟਾਤੇ ਗਏ ਆ। ਮੈਨੂੰ ਤਾਂ ਲੱਗਦਾ ਸੀ ਕਿ ਖੰਡ ਪੱਤੀ ਦੇ ਭਾਅ ਘੱਟ ਹੋ ਜਾਂਦੇ ਵਧੀਆ। ਮੈਨੂੰ ਤਾਂ ਲੱਗਦਾ ਸੀ ਕਿ ਆਮ ਲੋਕਾਂ ਦੀ ਰਸੋਈ ਦੇ ਵਿੱਚ ਜਿਹੜੀਆਂ ਚੀਜ਼ਾਂ ਪੱਤੀਆਂ ਜਾਂਦੀਆਂ ਉਸਦੇ ਭਾਅ ਸਰਕਾਰ ਘਟਾਉਂਦੀ ਤਾਂ ਚੰਗਾ, ਹੁਣ ਦੇਸੀ ਸ਼ਰਾਬ ਦੇ ਭਾਅ ਘਟਾਏ ਗਏ ਨੇ। ਇਹਦੇ ਤੁਕੀ ਹਿਸਾਬ ਕਿਤਾਬ ਲਾਈਏ ਕਿ ਸਰਕਾਰ ਚਾਹੁੰਦੀ ਹੈ ਕਿ ਵੱਧ ਸਕੇ, ਇਹਦੇ ਤੁਕੀ ਹਿਸਾਬ ਕਿਤਾਬ ਲਾਈਏ ਕਿ ਬਾਰ ਸਾਹਿਬ ਕਿਤੇ ਅਕਾਲੀ ਆਏ ਨਾ ਕਹਿ ਦੇਣ ਕਿ ਆਪ ਵਾਲਿਆਂ ਨਾਲ ਮਿਲਿਆ ਭਾਈ ਉਹ ਤਾਂ ਮੋਟਾ ਸੰਤਰਾ ਪੀਂਦੇ ਆ। ਬਿਲਕੁਲ ਸੁਖਨਾਥ ਜੀ, ਕੁਝ ਵੀ ਹੋ ਸਕਦਾ ਤੇ ਮੈਨੂੰ ਇਹ ਵੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਧਰਲੇ ਪਾਸੇ ਸਵਾਲਾਂ ਦਾ ਸਾਹਮਣਾ ਜਿਹੜਾ ਕਰਨਾ ਜ਼ਰੂਰ ਪਏਗਾ। ਹਾਲਾਂਕਿ ਇੱਕ ਹੋਰ ਬਹੁਤ ਮਹੱਤਵਪੂਰਨ ਫੈਸਲਾ ਇਹ ਹੋ ਸਕਦਾ ਸੀ ਕਿ ਜਿਹੜੇ ਅਧਿਆਪਕ ਜਿਨ੍ਹਾਂ ਨੂੰ 42,800 ਤੋਂ ਘਟਾ ਕੇ 10,800 ਰੁਪਇਆ ਮਹੀਨੇ ਦੀ ਤਨਖਾਹ ਦੇਣ ਨੂੰ ਫਿਰਦੀ ਹੈ ਪੰਜਾਬ ਦੀ ਸਰਕਾਰ, ਉਹਨਾਂ ਦਾ ਸਖ਼ਤ ਫੈਸਲਾ ਸੀ, ਨਰਮਾਈ ਦੀ ਅਜਾਜ਼ ਸੀ। ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਪੰਜਾਬ ਦੇ ਅਧਿਆਪਕ ਜਿਨ੍ਹਾਂ ਨੂੰ ਪੱਕੀਆਂ ਕਰਨ ਦੇ ਨਾਂ ਦੇ ਉੱਤੇ 32,000 ਰੁਪਏ ਤਨਖਾਹ ਘਟਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਸੀ, ਉਹਨਾਂ ਨੂੰ ਮਾੜਾ ਮੋਟਾ ਇਸ ਕੈਬਨਿਟ ਮੀਟਿੰਗ ਦੇ ਵਿੱਚੋਂ ਰਾਹਤ ਵਰਗਾ ਠੰਡਾ ਦਾ ਹਵਾ ਦਾ ਬੁੱਲਾ ਆਇਆ ਕਿ ਨਹੀਂ ਆਇਆ ਸਪਸ਼ਟ ਨਹੀਂ ਹੋ ਸਕਿਆ। ਦੂਸਰੇ ਪਾਸੇ ਸੁਖਨਾਥ ਜੀ, ਕਿਤੇ ਨਾ ਕਿਤੇ ਹੁਣ ਇਹ ਕੱਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਪਏਗੀ ਕਿ ਪੰਜਾਬ ਦੀਆਂ ਜਿੰਨੀਆਂ ਮੀਟਿੰਗ ਹੋਣੀਆਂ ਉਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਫੈਸਲੇ ਤਾਂ ਜ਼ਰੂਰ ਲੈ ਜਾਂਦੇ ਆ, ਪਰ ਜਿਹੜੀਆਂ ਕਲੋਨੀਆਂ ਦੇ ਬਾਬਤ ਮੁੱਦਾ ਅੱਗੇ ਤੋਂ ਕਿਉਂ ਪਈ ਜਾਂਦਾ? ਜਿਹੜਾ ਪੰਜਾਬ ਦੇ ਵਿੱਚ ਇੱਕ ਹੋਰ ਨਵਾਂ ਕੁਝ ਕਰਨ ਵਾਲਾ ਖਾਸ ਤੌਰ ਦੇ ਉੱਤੇ ਕੇਂਦਰ ਮਾਫੀਆ ਦਾ ਮੁੱਦਾ, ਉਹਦੇ ਬਾਬਤ ਤਾਂ ਨਵਜੋਤ ਸਿੰਘ ਸਿੱਧੂ ਕਈ ਵਾਰ ਕਹਿ ਚੁੱਕੇ ਕਿ ਮੈਂ ਸਪੋਰਟ ਕਪਤਾਨ ਸਾਹਿਬ ਨੂੰ ਸੌਂਪ ਦਿੱਤੀ ਹੈ। ਉਹਦੇ ਸੰਬੰਧ ਦੇ ਪੰਜਾਬ ਦੀ ਸਰਕਾਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਕਰਦੀ ਕਿਉਂ ਨਹੀਂ? ਪੰਜਾਬ ਦੇ ਸਾਰੇ ਵਿਦਿਆਰਥੀਆਂ ਦੇ ਵਜ਼ੀਫੇ ਰੁਕੇ ਹੋਏ ਨੇ, ਕਦੇ ਵੀ ਪੰਜਾਬ ਦੀ ਕੈਬਨਿਟ ਦੇ ਠੋਕ ਵਜਾ ਕੇ ਐਸਾ ਫੈਸਲਾ ਮੀਟਿੰਗ ਦੇ ਵਿੱਚ ਨਹੀਂ ਕੀਤਾ ਜਿਹਦੇ ਨਾਲ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਲੱਗੇ ਕਿ ਭਾਈ ਹੁਣ ਪਹਿਲੀ ਵਾਰ ਤਾਂ ਕਸ਼ਟ ਅਸੀਂ ਕੱਟਣੇ ਲੈ, ਅੱਗੋਂ ਪੰਜਾਬ ਦੀ ਸਰਕਾਰ ਸਾਡੇ ਪ੍ਰਤੀ ਬੜੀ ਰਹਿਮਦਿਲ ਹੈ। ਸੋ ਕੁੱਲ ਮਿਲਾ ਕੇ ਅੱਜ ਦੀ ਕੈਬਨਿਟ ਮੀਟਿੰਗ ਦਾ ਬਹੁਤਾ ਹਿੱਸਾ ਨਵੀਂ ਐਕਸਾਈਜ਼ ਪਾਲਿਸੀ ਬਣਾਉਣ ਦੇ ਉੱਤੇ, ਉਹਨੂੰ ਪ੍ਰਵਾਨ ਕਰਨ ਦੇ ਉੱਤੇ ਖਰਚ ਹੋਇਆ ਤੇ ਵੇਖਦੇ ਹਾਂ ਐਕਸਾਈਜ਼ ਪਾਲਿਸੀ ਪੰਜਾਬ ਦੀ ਸਰਕਾਰ ਦੇ ਖਾਲੀ ਖਜ਼ਾਨੇ ਦੇ ਕਿੰਨੇ ਕੁ ਕੰਢੇ ਭਰਨ ਦੇ ਵਿੱਚ ਕਾਮਯਾਬ ਹੁੰਦੀ ਹੈ। ਤੇ ਕਰੀਏ ਬਾਰ ਸਾਹਿਬ ਇਸ ਤੋਂ ਅਗਲੀ ਗੱਲ, ਪੰਜਾਬ ਪੁਲਿਸ ਲਈ ਕਹਿੰਦੇ ਜੀ ਨਵੀਆਂ ਨੀਤੀਆਂ ਜਾਰੀ ਕਰਤੀਆਂ, ਹਦਾਇਤਾਂ, ਨੀਤੀਆਂ ਨੀ ਹਦਾਇਤਾਂ। ਸੁਖਨਾਥ ਜੀ, ਇਹ ਬੜੀ ਅਹਿਮ ਗੱਲ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੀਬੀ ਗੁਰਪ੍ਰੀਤ ਕੌਰ ਦਿਓ ਜਿਹੜੇ ਨੇ, ਉਹਨਾਂ ਨੇ ਜਦੋਂ ਨਾਰੀ ਦਿਵਸ ਵਿਮਿਲਦੇ ਸੀ ਉਹਨੇ ਗੱਲ ਸਪਸ਼ਟ ਕੀਤੀ ਸੀ ਕਿ ਪੰਜਾਬ ਵਿੱਚ ਜਿਹੜੀਆਂ ਮੁਟਿਆਰਾਂ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਇਸ ਗੱਲ ਦੇ ਵੱਲ ਵੀ ਸੰਕੇਤ ਕੀਤੇ ਗਿਆ ਸੀ ਕਿ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਪੰਜਾਬ ਪੁਲਿਸ ਦੇ DGP ਸੁਰੇਸ਼ ਅਰੋੜਾ ਸਾਹਿਬ ਨੇ ਨਵੀਆਂ ਗਾਈਡਲਾਈਨ, ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਪੰਜਾਬ ਪੁਲਿਸ ਦੀਆਂ ਬੀਬੀਆਂ ਜਿਹੜੀਆਂ ਕੰਮ ਕਰਦੀਆਂ ਉਹਨਾਂ ਸੰਬੰਧੀ ਜਾਰੀ ਕਰ ਦਿੱਤੇ ਆ। ਕਿਤੇ ਕਿਆ ਲੱਗਦੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਕਾਨਫਰੰਸਾਂ ਜਿਹੜੀਆਂ ਪੁਲਿਸ ਨਾਲ ਸੰਬੰਧਿਤ ਕੀਤੀਆਂ ਗਈਆਂ ਸੀ, ਹੇਠਲੇ ਪੱਧਰ ਤੋਂ ਸੁਝਾਅ ਲਏ ਗਏ ਸੀ, ਮੁਸ਼ਕਲਾਂ ਸੁਣੀਆਂ ਗਈਆਂ ਸੀ, ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕੀਤਾ ਜਾਵੇ ਉਹਦੇ ਬਾਬਤ ਵੀ ਗੱਲ ਕੀਤੀਆਂ ਗਈਆਂ ਸੀ। ਤੇ ਹੁਣ ਜਿਹੜੀਆਂ ਔਰਤਾਂ, ਜਿਹੜੀਆਂ ਮੁਟਿਆਰਾਂ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੀਆਂ, ਉਹ ਮੁਟਿਆਰਾਂ ਤੇ ਉਹ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਸੁਖਾਵਾ ਮਾਹੌਲ ਕਿਵੇਂ ਮਿਲੇ, ਉਹ ਚੰਗੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਆਪਣੇ ਫਰਜ਼ਾਂ ਦੀ ਪੂਰਤੀ ਕਿਵੇਂ ਕਰ ਸਕਣ, ਹੋਰ ਜਿਹੜੀਆਂ ਮੁਟਿਆਰਾਂ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਲਈ ਆਕਰਸ਼ਿਤ ਕਿਵੇਂ ਹੋ ਸਕਣ, ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਦੇ DGP ਸੁਰੇਸ਼ ਅਰੋੜਾ ਸਾਹਿਬ ਨੇ ਕੁਝ ਕੁ ਦਿਸ਼ਾ ਨਿਰਦੇਸ਼ ਜਿਹੜੇ ਉਹ ਜਾਰੀ ਕਰ ਦਿੱਤੇ ਆ। ਹੁਣ ਸਭ ਤੋਂ ਪਹਿਲਾਂ ਤਾਂ ਇਹ ਕਹਿ ਦਿੱਤਾ ਗਿਆ
कि जे पंजाब पुलिस की किसी महिला कर्मचारी के सामने किसी औरत कर्मचारी के सामने कोई जरा मर्द कर्मचारी है कोई गाली गलोच करता है कोई दोहरे शब्द वाली भाषा की वरतों करता है तो तुरंत कार्रवाई की जाए इतों तक कि हर पुलिस स्टेशन एक कमेटी बनाने का फैसला भी कर दिया गया जिसे शिकायत की जा सकती है। मुटियार जिड़िया कि पंजाब पुलिस में भर्ती हुई कदम अद्धी राती ड्यूटी मुकती है कदम तड़के मुकती है कदम राती 7-8 बजे मुकती है उन्होंने उन्होंने रिहायश तक छड़न के लिए ट्रांसपोर्ट का विशेष प्रबंध करने की हदायत डीजीपी सुरेश अरोड़ा साहब ने दी ये भी कह दिया गया कि हर एक कमिश्नरेट के घट्टो घट एक पुलिस स्टेशन की इंचार्ज औरत होनी चाहिए है। यह भी कह दिया गया कि पंजाब पुलिस औरत कर्मचारी ने ऑर्गेनाइज क्राइम यूनिट के भी लियाओ साइबर क्राइम के भी लियाओ इंटेलीजेंसी भी लियाओ सीआईए भी तैनात करो ता जो हर एक विंग काम करने का तजर्बा जोड़ा इन्हों औरतों इन्हों मुटियारों हासिल हो सके। इतों तक भी कह दिया गया कि जे कोई साथी पुलिस कर्मचारी किसी औरत पुलिस कर्मचारी तंग करता है उसका शरीरक तौर पर शोषण करने का यत्न करता है उन्हें मानसिक तौर पर परेशान करता है तो उन्हें 50,000 तक रुपये का जुर्माना ठोके किया जाए बकायदा कमेटियां बनाने की हदायत जो डीजीपी सुरेश अरोड़ा साहब ने दे दित्तियां यह भी कह दिया गया कि जिहड़े बच्चे ने इन महिला पुलिस कर्मचारियों के उन्होंने लिए विशेष स्ट्रैच का भी जरा वो प्रयोग किया जाए कि जिथे चिंता मुक्त हो साडे बच्चे बिल्कुल ठीक जगह के उत्ते ने असी पंजाब पुलिस दी जिहड़ियां सानू एक कर्मचारी के रूप में जिम्मेवारियां मिलियां वो सारियां निभावांगे। सुखैर जी पिछले समय कई जगह के उत्तों रौले रप्पे पेंदे रहे अपने एक जदों पठानकोट एयरबेस के उत्ते हमला होया एस पी सलविंदर सिंह बड़े चर्चा के आए थे इसका तो चलो घरे कप्तान साहब ने झूला चुका के तोड़ दिता करनू कि जाओ भाई बहुत हो गया सत श्री अकाल उस एस पी सलविंदर सिंह के उत्ते अधीन काम करम कर दिया औरत कर्मचारी जिहड़ियां कॉन्स्टेबल से उन्होंने दोष लाए थे कि भाई आ साडे नाल आ कुछ करता रहा बंदा साडा शरीरक शोषण करन दा यतन करता रहा। इसे तरीके कई होर बीबियां जिहड़ियां पंजाब पुलिस विच काम कर दिया वो भी ठोक बजा के अपने उपर जिहड़े काम करदे अधिकारी ने उन्हां दे खिलाफ इदां दे दोष लाउंदी रहियां कि सानूं तंग परेशान किया जा रहा साडा शोषण करन दा यतन किया जा रहा। हुण उन्हां सारियां शिकायतां दे पता लगन तो बाद मद्देनजर गाइडलाइन जिहड़ियां जारी कीतियां गईयां ते जे ठीक तरीके दे नाल जमीनी पद्धर दे उत्ते सुखनैर जी इन्हां नूं लागू करन दा उद्यम भी किया गया तो किते ना किते आने वाले दिनों दे विच पंजाब पुलिस च काम करदियां जिहड़ियां बीबियां ने उन्हां दी भी हालात बहुते नहीं तो थोड़े जिहे सुखावे जरूर हो सकणगे। पर साहब एक छोटी जी ब्रेक ले लगे जी फिर आप गड्डी गियर रखते हैं जी। मानसा भी एजेंट नूं कहता वो कहिंदा कोई प्रॉब्लम नहीं। लो जी ब्रेक तो बाद एक बार फिर गड्डी गेयर दे विच ते लोकल सवारी आपां चकनी कोई नहीं सीधा चलदे आं जी वट्सएप दे कोले जानदे आं कुछ खास खबरां दे उत्ते होर उन्हां दे विचार ते अकाली दल ने कैप्टन अमरिंदर सिंह नूं आ कड़ा पत्र देता जी की मंगिया जी मंग पत्र दे विच। सुखैर जी ओह कुछ मंगिया जो कुछ पिछले 10 साल किसान इन्हां तों मंगदे रहे आ जी। हुण अकाली दल ऐन तैयारी दे विच डंड बैठकां मार रहा क्योंकि कल नूं आउणा सज नेड़े कैप्टन अमरिंदर सिंह मुख्यमंत्री पंजाब होरां ने कर्जा माफ करन दे लई नकोदर दे विच रखिया समागम। नकोदर बड़ा मशहूर है कित्थे डेरेबड़ी ने नकोदर दे नेड़े नूर महल है उत्थे असीं एक बंदा जिहड़ा ओह फ्रीजर दे विच रखिया होया जी। इस करके बड़ा सेंसिटिव जिहा एरिया शाहकोट दे विच इलैक्शन होण वाली है कप्तान साहब दे बिल्कुल नेड़े आ रहे ने इस करके हर एक धिर दीआं नज़रां सुखनैर जी टिकियां होईआं ने कल नूं कप्तान साहब पता नहीं इत्थे की कर जाना। श्रोमणी अकाली दल पिछली बार जदों मानसर विच कर्जा मुक्ति समागम होया उदों भी उन्होंने कुछ नहीं किया दो बारी कप्तान साहब रोजगार मेलिया दे विच जाके नियुक्ति पत्र वंड चुके है कोई रौला नहीं पाया। एक बारी जलंधर दे नेड़े करतारपुर दे विच आके जदों हैलीकॉप्टर दे विच आए है जंगे आजादी यादगार दे दूसरे फेज का उद्घाटन कर रहे अकाली रड़के नहीं पर नकोदर च रड़कणगे इस करके रड़कणगे
क्योंकि शाहकोट विधानसभा हल्के की जिमनी चोण कांग्रेसी कहीं तक के बारहवें तो बाद दाल साडा नहीं लगा असी जितनी है अकाली कहते ना 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 चार पांच वारी पहला भी असी जेतू रहे हैं असी हराना तो ऐतकी भी है और कप्तान साहब ने श्रोमणी अकाली दल मंग पत्र देवेगा मंग पत्र की देवेगा ते कौन देवेगा अगवाई करनगे सिकंदर सिंह मलूका साहब साबका कैबिनेट मंत्री ते अपने समय के बहुत विवादग्रस्त अकाली दल के मंत्री वो अकाली दल के मंत्री जिन्होंने छह महीनों दो बारी अकाल तख्त साहब के उ जाकर तनखा लगानी पै गई थी अरदास साहब अपना दूजी बारी डेरा प्रसिद्धियां वोटा मंगने का मसला अकाली दल ने छह महीनों च दो बारी तनखा लगाने वाले बंदे किसान विंग का मुखी बनाता कि कोई गल नहीं मलूका साहब चलो तुम अगे बढ़ो आप की लेना हुण मलूका साहब जिहड़े ने किसान विंग के मुखी होने के नाते भलके कोशिश करनगे कैप्टन अमरिंदर सिंह होरां नूं एक मंग पत्र दी ते मंग पत्र च लिखिया की है कि कप्तान साहब जदों तक पंजाब दीआं विधानसभा चोणां सी उदों तुहानूं असीं पुछदे हुंदे सी कि करना की है ते तुसीं कहिंदे सी कर्जा माफ करना ਭਾਵੇਂ ਸ਼ਾਹੂਕਾਰ ਦਾ ਭਾਵੇਂ ਆੜਤੀਏ ਦਾ ਭਾਵੇਂ ਨਿੱਜੀ ਬੈਂਕ ਦਾ ਭਾਵੇਂ ਸਰਕਾਰੀ ਬੈਂਕ ਦਾ ਭਾਵੇਂ ਕੋਪਰੇਟਿਵ ਸੋਸਾਇਟੀ ਦਾ ਤੁਸੀਂ ਕਹਿੰਦੇ ਸੀ ਸਾਰਾ ਕਰਜ਼ਾ ਮਾਫ ਕਰਨਾ ਤੇ ਹੁਣ ਤੁਸੀਂ ਆਖੀ ਜਾਂਦੇ ਹੋ ਕਿ ਭਾਈ ਕਰਜ਼ਾ ਤਾਂ ਸਾਡੇ ਤੋਂ ਕਿਸੇ ਦਾ ਮਾਫ ਨਹੀਂ ਹੋਣਾ ਅਸੀਂ ਜਿੰਨਾ ਕੁ ਕਰਨਾ ਉਨਾ ਕੁ ਕਰ ਦਿੱਤਾ ਸਾਰੇ ਕਰਜ਼ੇ ਦੀ ਸਾਡੇ ਤੋਂ ਉਮੀਦ ਨਾ ਰੱਖਿਓ ਹੁਣ ਉਹਨਾਂ ਨੇ ਮੰਗ ਕੀਤੀ ਕਿ ਤੁਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰੋ ਨਹੀਂ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਬੂਲ ਕਰੋ ਕਿ ਤੁਸੀਂ ਵਿਧਾਨ ਸਭਾ ਦੀਆਂ ਵੋਟਾਂ ਬਿੱਲ ਝੂਠ ਬੋਲਿਆ ਸੀ ਸੁਪਨੈਟੀ ਦੇਖਦੇ ਹਾਂ कि कैप्टन अमरिंदर सिंह तक इन्हों कोई पहुंचण दिता कि नहीं दिता क्योंकि जो संजय दर्शन होंगे थी श्रोमणी अकाली दल के उदो अकाली दलों ने कहा किसी पहुंचण देंगे कई बार होंगे कि कांग्रेस पार्टी के कई एमएलए जाने की कोशिश करते होंगे वड़िंग साहब अक्सर कोशिश करते होंगे कोई एक अद्धी वारी हो सकता कि प्रकाश बादल होरी किसी मिल गया हो नहीं तो छोटिया छोटिया जिहड़ियां मुलाजम जथेबंदियां मजदूर जथेबंदियां बेरोजगारां दीआं जथेबंदियां उन्हों के नुमाइंदों गुरु घर के अंदर बार के बारों कोडे लाते होंगे कि भाई जब बादल साहब जाएंगे बाद च कटा तुम बार हम मलूका साहब से बाकी अकाली दल के नेतावान कप्तान साहब अपने को बुलाते हैं कि नहीं बुलाते आने वाला समा दसेगा पर इनी गल जरूर है कि शाहकोट विधानसभा हल्के की जिमनी चोण में वेखद श्रोमणी अकाली दल हूं कोई भी मौका ऐसा खुंझ नहीं दिता जिदे कि खबर परे रह जाए सो इस वे कप्तान साहब ने करना कर्जा माफी समागम आम आदमी पार्टी वाले कही जाते कि इन्होंने करना सी प्रोग्राम शाहकोट च इस गल तो डरदिया ने इतने नहीं किया क्योंकि कई कांग्रेसी नजायज माइनिंग इनवॉल्व है तो असी खुलासा कर देना सी पूरा तो दूजे पासे अकाली दल कहता कि किसानों के कर्जे असी पूरे माफ कराने ही कराने हैं पर हैरानी की गल है कि जदों श्रोमणी अकाली दल की अपनी सरकार सी किसानों के थोड़े मोर सेके गए अब बठिंडे के सुखनैब जी कि लंबा समा धरना लगा रहा अकालियों ने तो उधरले पास में कदम मुंह चक के नहीं देखा कि भाई को किसान उत्थे बैठा भी है थोड़े किसानों के बच्चे दुखी रहे कि कुछ होया कद चिट्टी मक्खी आ गई कदे कुछ आ गया कदे आलू रुल गया कदे गन्ना रुल गया उदो श्रोमणी अकाली दल के लीडर कितने सी ठीक है तुम विरोधी कर दे चो तुहाडा फर्ज है तुहाडा अधिकार है कि तुम लोगों के मुद्दों के उत्ते संघर्ष करो पर संघर्ष करने के नाल नाल माड़ा मोटा अपनी कारगुजारी जी पिछले समय की है उधरले पास भी ध्यान जो साडे लीडर दे लैन शायद आने वाले समय के उन्होंने ही राहों को दोबारा गुजरन तो शायद गुरेज करेंगे पर हाल की घड़ी जो कुछ भी हो रहा है भावें सरकार कर रही है तो भावें विरोधी धिर नरोल सियासत के हिस्से के रूप च हो रहा है जी करिए जी गल संसदी कारवाई की कहते अड़िके उ पूरे के पूरे लग ही रहे लोकतंत्र कहते कुछ गोल दे नहीं राहुल गांधी सोनिया गांधी भाजपा कही जाते सुखनैब जी ये गल सारे जानते हैं कि संसद यानी कि लोग सभा राज्यसभा का जो सैशन हों जे को मैंबर पार्लीमेंट उ आके पैर भी रख दे दस्तखत कर दे कि मैं पहुंच गया वह हजारा रुपये गुच्छी जी वट के जेब च पा के लै जाता उन्होंने पैसे मिलते हैं कि बहुत धनवाद तुहाडा धन्नवाद साडे कि तुसी संसद विच आके हाजरियां लवाईयां नहीं तो लीडर बहुते व्याहां भोगां ते जाण जोगे रह गए अजकल उन्होंने पैसे मिलते हैं तनखा वखरी मिलती है पत्ते वखरे मिलते हैं सुख सहूलतां वखरियां मिलदियां ते संसद विच आउण दे पैसे वखरे मिलते हैं यह तो बिल्कुल उदां दी गल है कि जे कोई अध्यापक घरों स्कूल जाता तो उन्हें स्कूल जाने लई तेल दे पैसे भी मिलन महीने की तनखा भी मिले तो जे कि स्कूल जाके वह बच्चों पर एहसान करता क्लास च पढ़ा चले जाए तो पढ़ाने के पैसे वक्रे मिल हम साढ़े संसद मैंबर उन्होंने महीने की तनखा मिलती है बकायदा साल का एक बजमा कोटा मिलता है
ਕਿ ਤੁਸੀਂ ਆਪਣੇ ਹਲਕੇ ਦਾ ਵਿਕਾਸ ਕਰਨ ਦੇ ਲਈ ਆ ਕੁਝ ਖਰਚ ਦਿਓ, ਗੱਡੀ ਮਿਲਦੀ ਹੈ, ਗਨਮੈਨ ਮਿਲਦੇ ਆ, ਡਰਾਈਵਰ ਮਿਲਦਾ, ਘਰ ਮਿਲਦਾ, ਕਾਹਦੇ ਲਈ ਮਿਲਦਾ ਕਿ ਤੁਸੀਂ ਸੰਸਦ ਵਿੱਚ ਜਾ ਕੇ ਚੱਜ ਦੀਆਂ ਗੱਲਾਂ ਕਰੋ, ਤੇ ਚੱਜ ਦੀਆਂ ਗੱਲਾਂ ਕਰਨ ਲਈ ਜੇ ਕਿਤੇ ਵਰੇ ਸ਼ਮਾਹੀ ਸੰਸਦ ਵਿੱਚ ਆ ਹੀ ਜਾਂਦੇ ਆ ਤੇ ਵੱਖਰੇ ਪੈਸੇ ਫੇਰ ਦਿੱਤੇ ਜਾਂਦੇ ਤੇ ਹੱਥ ਜੋੜ ਕੇ ਦਿੱਤੇ ਜਾਂਦੇ ਕਿ ਚੰਗਾ ਹੋਇਆ ਤੁਸੀਂ ਆਏ, ਆ ਚੁੱਕੋ ਤੁਹਾਡੇ ਪੈਸੇ। ਹੁਣ ਉਸ ਸੰਸਦ ਦਾ ਇੱਕ ਇੱਕ ਮਿੰਟ ਲੱਖਾਂ ਰੁਪਈਆਂ ਦੇ ਵਿੱਚ ਪੈਂਦਾ ਭਾਰਤ ਦੇ ਲੋਕਾਂ ਨੂੰ, ਤੇ ਅੱਜ 7 ਦਿਨ ਮੁਕੰਮਲ ਹੋ ਗਏ ਇੱਕ ਢੇਲੇ ਦਾ ਕੰਮ ਜਿਹੜਾ ਭਾਰਤ ਦੀ ਸੰਸਦ 'ਚ ਨਹੀਂ ਹੋ ਸਕਿਆ। ਕਦੇ ਕੋਈ ਅੜਿੱਕਾ, ਕਦੇ ਕੋਈ ਅੜਿੱਕਾ, ਕਦੇ ਸੱਤਾਧਾਰੀ ਧਿਰ ਵਾਲੇ ਚੀਕਾਂ ਮਾਰਨ ਲੱਗ ਪੈਂਦੇ, ਕਦੇ ਵਿਰੋਧੀ ਧਿਰ ਵਾਲੇ ਜਿਹੜੇ ਆ ਉਹ ਕੋਈ ਕੋਈ ਪਿੱਟ ਸਿਆਪਾ ਕਰਨ ਲੱਗ ਪੈਂਦੇ ਆ, ਕੰਮ ਨਹੀਂ ਹੋ ਸਕਿਆ। ਹੁਣ ਅੱਜ ਵੀ ਹੰਗਾਮਾ ਰਿਹਾ ਲੋਕ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਵੀ, ਸਾਰੇ ਦਿਨ ਦੀ ਕਾਰਵਾਈ ਜਿਹੜੀ ਹੈ ਰੱਦ ਕਰਨੀ ਪਈ। ਤੇਲਗੂ ਦੇਸਮ ਪਾਰਟੀ ਜਿਵੇਂ ਥੋੜੇ ਦਿਨ ਪਹਿਲਾਂ ਕੇਂਦਰ ਸਰਕਾਰ ਦੇ ਵਿੱਚੋਂ ਆਪਣੇ ਦੋ ਮੰਤਰੀਆਂ ਤੋਂ ਅਸਤੀਫੇ ਦਵਾਇਆ, ਉਹ ਤੇਲਗੂ ਦੇਸਮ ਪਾਰਟੀ ਨੇ ਅੱਜ ਵੀ ਪੂਰਾ ਰੌਲਾ ਪਾਇਆ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਿ ਤੁਸੀਂ ਸਾਡੇ ਆਂਧਰ ਪ੍ਰਦੇਸ਼ ਸੂਬੇ ਨੂੰ ਇੱਕ ਵਿਸ਼ੇਸ਼ ਸੂਬੇ ਦਾ ਦਰਜਾ ਦਿਓ, ਨਹੀਂ ਤਾਂ ਅਸੀਂ ਰੌਲਾ ਇਹ ਦੇ ਪਾਵਾਂਗੇ। ਕਾਂਗਰਸ ਪਾਰਟੀ ਸਮੇਤ ਬਹੁਤ ਸਾਰੀਆਂ ਵਿਰੋਧੀ ਧਿਰਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੀਆਂ ਰਹੀਆਂ ਕਿ ਭਾਈ ਤੁਸੀਂ ਆਪ ਬਿਆਨ ਦਿਓ। ਹੁਣ ਨਾ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਬਿਆਨ ਦਿੱਤਾ, ਨਾ ਵਿਰੋਧੀ ਪਾਰਟੀਆਂ ਦੇ MP ਜਿਹੜੇ ਨੇ ਉਹ ਰੌਲਾ ਰੱਪਾ ਪਾਉਣੋਂ ਹਟੇ, ਇਸ ਕਰਕੇ ਕੋਈ ਵੀ ਕੰਮ ਨਹੀਂ ਹੋ ਸਕਿਆ ਤੇ ਸਾਰੇ ਦਿਨ ਦੀ ਜਿਹੜੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਹਾਲਾਤ ਕੀ ਨੇ? ਹਾਲਾਤ ਇਹ ਨੇ ਕਿ ਲੋਕ ਸਭਾ ਦੇ ਵਿੱਚ 28 ਬਿੱਲ ਆਏ, 21 ਬਿੱਲ ਅਜੇ ਤੱਕ ਪੈਂਡਿੰਗ ਨੇ, 7 ਬਿੱਲ ਜਿਹੜੀਆਂ ਸਥਾਈ ਕਮੇਟੀਆਂ ਨੇ ਉਹਨਾਂ ਦੇ ਕੋਲੇ ਭੇਜੇ ਹੋ ਗਿਆ। ਇਹਦਾ ਮਤਲਬ ਹੈ ਕਿ 28 ਦੇ ਵਿੱਚੋਂ 21 ਬਿੱਲ ਅਜੇ ਪਾਸ ਹੋਣ ਵਾਲੇ, 7 ਬਿੱਲ ਸਥਾਈ ਕਮੇਟੀਆਂ ਦੇ ਕੋਲੇ ਤੇ ਪਾਸ ਨਹੀਂ ਹੋਇਆ, 28 ਮੁਕੰਮਲ ਹੋ ਗਿਆ। ਦੂਸਰੇ ਪਾਸੇ ਰਾਜ ਸਭਾ ਦੇ ਹਾਲਾਤ ਲੋਕ ਸਭਾ ਤੋਂ ਮਾੜੇ ਹੈ, ਉੱਥੇ 39 ਬਿੱਲ ਪੈਂਡਿੰਗ ਆ, ਤੇ ਜਦੋਂ 39 ਬਿੱਲ ਪੈਂਡਿੰਗ ਆ ਉਹ ਕਦੋਂ ਪੂਰੇ ਹੋਣੇ? ਸਾਡਾ ਸੰਸਦ ਦਾ ਇਜਲਾਸ ਤਾਂ ਇਹਦੇ ਨਿਕਲ ਜਾਣਾ। ਸੁਖਨਾਥ ਜੀ, ਪਿਛਲੇ ਸਮੇਂ ਦੇ ਵਿੱਚ ਇਹ ਗੱਲ ਸਪਸ਼ਟ ਹੁੰਦੀ ਰਹੀ ਹੈ ਕਿ ਤਾਂ ਸੱਤਾਧਾਰੀ ਤਰ ਚਾਹੁੰਦੀ ਨਹੀਂ ਹੁੰਦੀ ਕਿ ਪੂਰਾ ਲੰਬਾ ਸਮਾਂ ਉੱਥੇ ਚਰਚਾ ਹੋਵੇ, ਬਹਿਸ ਹੋਵੇ। ਇਸ ਕਰਕੇ ਹਰ ਵਾਰ ਸੰਸਦ ਦਾ ਇਜਲਾਸ ਪਿਛਲੇ ਵਰੇ ਦੇ ਇਜਲਾਸ ਦੇ ਨਾਲੋਂ ਛੋਟਾ ਹੁੰਦਾ ਜਾਂਦਾ, ਪੂਰੇ ਬੰਦਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ। ਤੇ ਹੁਣ ਜਦੋਂ ਬਾਰ ਬਾਰ ਸਦਨ ਦੀ ਕਾਰਵਾਈ ਦੇ ਵਿੱਚ ਵਿਘਨ ਪਿਆ ਤਾਂ ਫਿਰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜੀ, ਸਾਨੂੰ ਇਹ ਬੜੇ ਦੁਖੀ ਮਨ ਦੇ ਨਾਲ ਕਹਿਣਾ ਪੈ ਰਿਹਾ ਕਿ ਸੋਨੀਆ ਗਾਂਧੀ ਦੀ ਇਸ ਕਰਕੇ ਰੌਲਾ ਰੱਪਾ ਪੈ ਗਿਆ ਸੰਸਦ ਦੇ ਵਿੱਚ, ਕਿਉਂਕਿ ਉਹਨਾਂ ਨੂੰ ਲੋਕਤੰਤਰ ਦੇ ਉੱਤੇ ਕੋਈ ਯਕੀਨ ਰਿਹਾ ਹੀ ਨਹੀਂ। ਉਹਨਾਂ ਇਹ ਵੀ ਕਹਿ ਦਿੱਤਾ ਕਿ ਅਸੀਂ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਤੁਸੀਂ ਬਹਿਸ ਕਰੋ, ਹਾਸਪਾ ਨਾ ਪਾਓ। ਦੂਜੇ ਪਾਸੇ ਕਾਂਗਰਸ ਕਹਿੰਦੀ ਕਿ ਦੋਸ਼ ਸਾਡੇ ਤੇ ਐਵੇਂ ਲਾਈ ਜਾਂਦੇ ਆ ਕਿ ਅਸੀਂ ਠੀਕ ਤਰੀਕੇ ਦੇ ਨਾਲ ਲੋਕਤੰਤਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪਰ ਉਹ ਕਹਿੰਦੇ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਭਾਰਤ ਦੇ ਲੋਕਤੰਤਰੀ ਸਰੂਪ ਨੂੰ ਜੇ ਕਿਸੇ ਤੋਂ ਖਤਰਾ ਤਾਂ ਉਹ ਭਾਰਤ ਦੀ ਕੇਂਦਰ ਸਰਕਾਰ ਹੈ। ਇਸ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਦ ਦਾ ਕੰਮਕਾਰ ਕਿੰਨਾ ਕੁ ਦਰੁਸਤ ਚੱਲਦਾ ਜਾਂ ਕਿੰਨਾ ਕੁ ਦਰੁਸਤ ਨਹੀਂ ਚੱਲਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਹੋਵੇਗੀ, ਕਿਉਂਕਿ ਹੁੰਦਾ ਜੇ 20 ਦਿਨ ਦਾ ਸੈਸ਼ਨ ਹੈ 19 ਦਿਨ ਕੋਈ ਕੰਮਕਾਰ ਨਹੀਂ ਹੋਣਾ, 20ਵੇਂ ਦਿਨ ਵਿਰੋਧੀ ਧਿਰ ਨੇ ਬਾਈਕਾਟ ਕਰ ਦੇਣਾ ਤੇ ਸਾਰੇ ਦੇ ਸਾਰੇ ਮੁੱਦੇ ਬਿਨਾਂ ਕਿਸੇ ਬਹਿਸ ਬਿਨਾਂ ਕਿਸੇ ਚਰਚਾ ਸਰਕਾਰ ਨੇ ਪਾਸ ਕਰਾ ਲੈਣੇ ਹੈ। ਪਰ ਇਹ ਸਾਰੀ ਦੀ ਸਾਰੀ ਪ੍ਰਕਿਰਿਆ ਲੋਕਤੰਤਰ ਪੱਖ ਤੋਂ ਭਾਰਤ ਦੇ ਲਈ ਬਹੁਤ ਘਾਤਕ ਹੈ। ਸੰਸਦ ਦਾ ਇਜਲਾਸ ਜਿੰਨਾ ਲੰਬਾ ਸਮਾਂ ਚੱਲੇ ਉਨਾ ਚੰਗਾ, ਜਿੰਨੇ ਵੱਧ ਤੋਂ ਵੱਧ ਮੁੱਦਿਆਂ ਦੇ ਉੱਤੇ ਵੱਧ ਤੋਂ ਵੱਧ ਵਿਚਾਰ ਚਰਚਾ ਹੋ ਸਕੇ ਉਨੀ ਚੰਗੀ, ਪਰ ਨਾ ਤਾਂ ਸਾਡੀ ਸਰਕਾਰ ਨੂੰ ਇਹ ਗੱਲ ਸਮਝ ਆਉਂਦੀ ਹੈ ਤੇ ਨਾ ਵਿਰੋਧੀ ਧਿਰ ਨੂੰ। ਵੈਸੇ ਵੀ ਸੁਖਨਾਥ ਜੀ, 2-4-5 ਦਿਨ ਜਾਂ ਹਫ਼ਤਿਆਂ ਬੱਧੀ ਹੋਮਵਰਕ ਕਰਕੇ ਕਿਸੇ ਮੁੱਦੇ ਤੇ ਬਹਿਸ ਕਰਨ ਨਾਲੋਂ ਚੰਗਾ ਨਹੀਂ ਕਿ ਪਹਿਲੀ ਸਪੀਕਰ ਦੇ ਸਾਹਮਣੇ ਗੱਲ ਦੇ ਵਿੱਚ ਜਾ ਕੇ ਰੌਲਾ ਰੱਪਾ ਪਾਈਏ ਤੇ ਸਰਕਾਰ ਵੀ ਕਹਿੰਦੀ ਹੈ ਕਿ ਸਾਨੂੰ ਕੋਈ ਸਵਾਲ ਪੁੱਛਣ ਵਾਲਾ ਹੋਵੇ ਇਹ ਬਾਈਕਾਟ ਕਰਕੇ ਬਾਹਰ ਜਾਣ, ਤਾਂ ਅਸੀਂ ਸਾਰੇ ਮਤੇ ਐਵੇਂ ਹੀ ਪਾਸ ਕਰ ਦਿੰਦੇ ਹਾਂ ਜੀ। ਵਾਰ ਸਾਹਿਬ, ਸੰਸਦ ਦੀ ਕਾਰਵਾਈ ਦੀ ਤਾਂ ਗੱਲ ਹੋ ਗਈ ਜੀ, ਕਹਿੰਦੇ ਜੀ ਹੁਣ ਰੇਤਾ ਵੀ ਖੰਡ ਤੋਂ ਮਹਿੰਗਾ ਹੋਇਆ ਪਿਆ, ਕੈਪਟਨ ਦੀ ਗੇੜੀ ਨੇ ਉਹ ਵੀ ਫਿਕਰਾਂ ਦੇ ਵਿੱਚ ਪਾ ਦਿੱਤਾ ਤੇ ਲੋਕ ਗੇੜਿਆਂ ਚ ਪੈ ਗਏ। ਸੁਖਨਾਥ ਜੀ, ਇਹ ਗੱਲ ਤਾਂ ਹੋਣੀ ਹੋਈ ਸੀ। ਦੇਖੋ, ਅਜੇ ਤੱਕ ਪੰਜਾਬ ਦੀਆਂ ਸਾਰੀਆਂ ਰੇਤ ਦੀਆਂ ਖੱਡਾਂ ਜਿਹੜੀਆਂ ਉਹ ਠੇਕੇ ਤੇ ਨਹੀਂ ਚੜੀਆਂ। ਜੇ ਸਾਰੀਆਂ ਰੇਤ ਦੀਆਂ ਖੱਡਾਂ ਦੇ ਵਿੱਚੋਂ ਰੇਤਾ ਸਪਲਾਈ ਹੋਵੇ ਤਾਂ ਜਿੰਨੀ ਕੁ ਮੰਗ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਹੈ, ਕੰਸਟਰਕਸ਼ਨ ਦੇ ਫੀਲਡ ਦੇ ਵਿੱਚ ਹੈ, ਉਹ ਮੰਗ ਪੂਰੀ ਹੋ ਜਾਏ ਫਿਰ ਭਾਅ ਕਾਹਨੂੰ ਬਣਨਾ। ਪਰ ਸਰਕਾਰੀ ਜਿਹੜੀਆਂ ਖੱਡਾਂ ਉਹਨਾਂ ਦੇ ਵਿੱਚੋਂ ਜਿੰਨੀ ਕੁ ਰੇਤਾ ਕੱਢੀ ਜਾ ਸਕਦੀ ਸੀ ਤਕਰੀਬਨ ਕੱਢੀ ਜਾ ਚੁੱਕੀ ਹੈ। ਜਿਹੜੇ ਗੈਰਕ ਨੇ ਟਾਈਮਿੰਗ ਕਰਦੇ ਸੀ ਕਿਸਾਨ ਸਾਹਿਬ ਦੇ ਹੈਲੀਕਾਪਟਰ ਨੇ ਹਾਰ ਦੀ ਕੜੀ ਉਹਨਾਂ ਨੂੰ ਬ੍ਰੇਕਾਂ ਲਵਾਤੀਆਂ। ਇਸ ਕਰਕੇ ਤਾਂ ਸੀਮਿਤ ਮਾਤਰਾ ਦੇ ਵਿੱਚ ਰੇਤਾ ਪੰਜਾਬ ਦੀਆਂ ਸਰਕਾਰੀ ਖੱਡਾਂ ਦੇ ਵਿੱਚੋਂ ਭਰ ਕੇ ਬਾਜ਼ਾਰਾਂ ਦੇ ਵਿੱਚ ਲਿਆਂਦੀ ਜਾ ਰਹੀ ਹੈ, ਤੇ ਜਦੋਂ ਸੀਮਿਤ ਮਾਤਰਾ ਦੇ ਵਿੱਚ ਲਿਆਂਦੀ ਜਾ ਰਹੀ ਹੈ
ਸਾਡਾ ਉੱਥੇ ਦੀ ਉੱਥੇ ਖੜੀ ਹੈ ਨਾ, ਜਿਹਨੇ ਲੈਂਟਰ ਪਾਉਣਾ ਛੱਡਣ ਕੀ ਹੈ, ਅਗਲੇ ਨੇ ਤਾਂ ਫਿਰ ਭਾਈ ਰੇਤਾ ਲਿਜਾਣੀ ਹੈ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ। ਉਹ ਕਹਿੰਦਾ ਦੱਸੋ ਭਾਈ ਕਿੰਨੇ ਦੀ ਦੇਣੀ ਹੈ, ਤੇ ਭਾਅ ਜਿਹੜੇ ਦੁੱਗਣੇ ਤਿਗਣੇ ਹੋ ਗਏ। ਆਪਾਂ ਸੁਖਨੈਬ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਰੇਡੀਓ ਚੱਲ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਕਪਤਾਨ ਸਾਹਿਬ ਦੇ ਲਈ ਇਹ ਵੱਡੀ ਮੁਸੀਬਤ ਨਹੀਂ ਕਿ ਨਜਾਇਜ਼ ਮਾਈਨਿੰਗ ਰੇਤਾ ਦੀ ਕੀਤੀ ਜਾ ਰਹੀ ਹੈ, ਕਿਉਂਕਿ 40 ਨੇ 60 ਨੇ 80 ਥਾਵਾਂ ਹੋਣਗੀਆਂ ਪੰਜਾਬ 'ਚ ਜਿੱਥੋਂ ਨਜਾਇਜ਼ ਮਾਈਨਿੰਗ ਹੁੰਦੀ ਹੈ, ਤੇ 70-80 ਥਾਵਾਂ ਦੇ ਉੱਤੇ ਨਜ਼ਰ ਰੱਖਣੀ ਸਰਕਾਰ ਵਰਗੀ ਸੰਸਥਾ ਦੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ, ਬੜੇ ਆਰਾਮ ਨਾਲ ਰੱਖੀ ਜਾ ਸਕਦੀ ਹੈ। ਪਰ ਦੂਸਰੇ ਪਾਸੇ ਸਭ ਤੋਂ ਵੱਡੀ ਮੁਸੀਬਤ ਇਹ ਸਾਹਮਣੇ ਆਉਣੀ ਸੀ, ਆਪਾਂ 5 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਰੇਤ ਦੇ ਭਾਅ ਨੂੰ ਕੰਟਰੋਲ ਕਿਵੇਂ ਕਰੇ ਕਪਤਾਨ ਦੀ ਸਰਕਾਰ, ਕਿਉਂਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਰੌਲਾ ਪੈਂਦਾ ਸੀ ਕਿ ਟਰਾਲੀ ਤਾਂ 3500 ਦੀ ਹੁੰਦੀ ਹੈ, ਇਹ ਬਾਰ ਗੰਦਾ ਟੈਕਸ 2000 ਵਸੂਲ ਦੇ, ਅਗਲੇ ਕਹਿੰਦੇ 5500 ਦੀ ਤਾਂ ਸਾਨੂੰ ਪਈ ਹੈ, 6500 ਦੀ ਤੁਸੀਂ ਲੈ ਲਓ। ਹੁਣ ਉਸ ਸਾਰੇ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਕਪਤਾਨ ਸਾਹਿਬ ਦੀ ਸਰਕਾਰ ਕਸੂਤੀ ਫਸ ਗਈ, ਕਿਉਂਕਿ ਸਪਲਾਈ ਘੱਟ ਗਈ ਤੇ ਜਿਹੜੀ ਟਰਾਲੀ 4000 ਦੀ ਰੇਤਾ ਦੀ ਮਿਲੀ ਜਾਂਦੀ ਸੀ 9000 ਦੀ ਹੋ ਗਈ, ਜਿਹੜਾ ਚਿੱਤਰ 15000 ਦਾ ਮਿਲ ਜਾਂਦਾ ਸੀ 25-30000 ਦਾ ਮਿਲ ਜਾਂਦਾ। ਆਮ ਲੋਕਾਂ ਦੀਆਂ ਤਾਂ ਮਹਿੰਗਾਈ ਦੇ ਕਰਕੇ ਨਿਕਲ ਗਈਆਂ ਚੀਕਾਂ, ਉਹ ਕਹਿੰਦੇ ਕਿ ਭਾਈ ਅਸੀਂ ਜਾਈਏ ਤਾਂ ਜਾਈਏ ਕਿੱਧਰ ਨੂੰ, ਸਾਡੇ ਬਹੁਤ ਸਾਰੇ ਪ੍ਰਵਾਸੀ ਵੀਰ ਵੀ ਆਏ ਜਿਹੜੇ ਪਿਛਲੀ ਵਾਰੀ ਲੈਂਟਰ ਪਵਾ ਗਿਆ ਸੀ, ਐਤਕੀ ਕਹਿੰਦੇ ਆਪਣੀ ਦੇਖ ਰੇਖ ਦੇ ਵਿੱਚ ਸਾਰਾ ਪਲਸਟਰ ਵਗੈਰਾ ਕਰਵਾ ਕੇ ਤੇ ਕੰਮ ਆਪਾਂ ਫਿਨਿਸ਼ ਕਰ ਦੇਣਾ, ਅਗਲੇ ਵਾਰੀ ਮੁੰਡੇ ਜਾਂ ਕੁੜੀ ਦਾ ਵਿਆਹ ਆਪਾਂ ਪਿੰਡ ਆ ਕੇ ਕਰਨਾ। ਬਜਟ ਤਾਂ ਉਹ ਵੀ ਬਣਾ ਕੇ ਆਏ ਹੁੰਦੇ ਆ ਕਿ ਭਾਈ ਇੰਨੇ ਕੁ ਪੈਸੇ ਲੱਗਣੇ ਆ, ਉਹਨੇ ਕੁ ਆਪਾਂ ਡਾਲਰ ਪਾਉਣ ਨਾਲ ਲੈ ਕੇ ਆ ਜਾਂਦੇ ਹਾਂ। ਪਰ ਜਦੋਂ ਇੱਕਦਮ 15000 ਦਾ ਰੇਤਾ ਦਾ ਟਿੱਕਰ 32000 ਤੇ ਪਹੁੰਚ ਗਿਆ, ਦੁੱਗਣਾ ਕੰਮ ਹੋ ਗਿਆ, ਤਾਂ ਫਿਰ ਬਜਟ ਜਿਹੜੇ ਆ ਇਕੱਲੇ ਪੰਜਾਬ ਦੇ ਲੋਕਾਂ ਦੀ ਨਹੀਂ, ਸਾਰੇ ਜਿਹੜੇ ਪ੍ਰਵਾਸੀ ਵੀ ਆਏ ਹੋਏ ਨੇ ਉਹਨਾਂ ਦੇ ਵੀ ਤਕਰੀਬਨ ਵਿਗੜੇ ਹੋਏ ਨੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਕੋਈ ਨੀ ਕਰੇਤਾ ਦਾ ਭਾਅ ਘਟੇਗਾ, ਕਿਉਂਕਿ ਸਰਕਾਰੀ ਤੌਰ ਦੇ ਉੱਤੇ ਕਈ ਖੱਡਾਂ ਦੀ ਬੋਲੀ ਅਜੇ ਹੋਈ ਨਹੀਂ ਨਾ ਹੋਣ ਦੀ ਸੰਭਾਵਨਾ, ਜਿਹੜੀਆਂ ਖੱਡਾਂ ਠੇਕੇ ਤੇ ਲਈਆਂ ਉਹਦੇ ਵਿੱਚੋਂ ਸੀਮਿਤ ਮਾਤਰਾ ਦੇ ਵਿੱਚ ਹੀ ਰੇਤਾ ਜਿਹੜੀ ਕੱਢੀ ਜਾ ਸਕਦੀ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹਾਲ ਦੀ ਘੜੀ ਰੇਤਾ ਦੇ ਮਹਿੰਗੇ ਹੋਣ ਦੇ ਮੁੱਦੇ ਤੇ ਕਿਸੇ ਤਰ੍ਹਾਂ ਦੀ ਕੋਈ ਰਾਹਤ ਜਿਹੜੀ ਹੈ ਉਹ ਮਿਲਣ ਦੀ ਸੰਭਾਵਨਾ ਨਹੀਂ। ਦੂਸਰੇ ਪਾਸੇ ਹੱਲ ਕੀ ਹੈ? ਹੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਸਾਨੂੰ ਇੱਕ ਨਿਗਮ ਬਣਾਉਣੀ ਚਾਹੀਦੀ ਹੈ, ਨਿਗਮ ਹੀ ਰੇਤਾ ਕੱਢੇ ਤੇ ਨਿਗਮ ਹੀ ਰੇਤਾ ਠੀਕ ਭਾਅ ਦੇ ਉੱਤੇ ਵੇਚੇ। ਕਪਤਾਨ ਸਾਹਿਬ ਨੂੰ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਰੇਤਾ ਦੀ ਸਪਲਾਈ ਭਾਵੇਂ ਥੋੜੀ ਹੈ ਤੇ ਭਾਵੇਂ ਬਹੁਤੀ ਹੈ, ਪਰ ਇੱਕ ਤੈਅ ਰੇਟ ਤੋਂ ਵੱਧ ਇੱਕ ਨਿੱਕਾ ਰੁਪਈਆ ਵੀ ਜਿਹੜਾ ਉਹ ਰੇਤਾ ਖਰੀਦਣ ਲੱਗੇ ਦੇਣਾ ਨਹੀਂ ਚਾਹੀਦਾ ਤੇ ਵੇਚਣ ਲੱਗੇ ਲੈਣਾ ਨਹੀਂ ਚਾਹੀਦਾ, ਨਹੀਂ ਤਾਂ ਸਰਕਾਰ ਕਾਰਵਾਈ ਕਰੇ। ਸੋ ਵੇਖਦੇ ਹਾਂ ਨਿਗਮ ਬਣਾਉਣ ਦਾ ਨਵਜੋਤ ਸਿੰਘ ਸਿੱਧੂ ਦਾ ਸੁਝਾਅ ਕਿੰਨੇ ਕੁ ਕਾਂਗਰਸ ਪਾਰਟੀ ਦੇ MLA ਤੇ ਮੰਤਰੀਆਂ ਨੂੰ ਪਸੰਦ ਆਉਂਦਾ ਹੈ। ਜੀ ਤਿਵਾੜ ਸਾਹਿਬ, ਦੁਆਬੇ ਦੇ ਕਾਂਗਰਸੀ ਤੇ ਕੈਪਟਨ ਅਮਰਿੰਦਰ ਸਿੰਘ ਇਹ ਕੀ ਕਹਿੰਦੇ ਆ? ਸੁਖਨੈਬ ਜੀ, ਜਿੰਨੀ ਦੇਰ ਰਾਣਾ ਗੁਰਜੀਤ ਸਿੰਘ ਦੁਆਬੇ ਤੋਂ ਕਾਂਗਰਸ ਪਾਰਟੀ ਚ ਸਰਗਰਮ ਰਹੇ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਦੇ ਵਿੱਚ ਰਹੇ ਆ, ਉਨੀ ਦੇਰ ਕਪਤਾਨ ਸਾਹਿਬ ਦਾ ਸਭ ਤੋਂ ਖਾਸ ਮਿੱਤਰ ਉਹਨਾਂ ਨੂੰ ਮੰਨਿਆ ਜਾਂਦਾ ਸੀ। ਕੋਈ ਕੈਬਨਿਟ ਦੇ ਵਿੱਚ ਰੌਲਾ ਰੱਪਾ ਪੈਣਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਾਣਾ ਗੁਰਜੀਤ ਸਿੰਘ ਦੀ ਡਿਊਟੀ ਲਾ ਦੇਣੀ, ਕੋਈ ਪਾਰਟੀ ਦਾ ਰੌਲਾ ਰੱਪਾ ਪੈਣਾ ਤਾਂ ਰਾਣਾ ਗੁਰਜੀਤ ਸਿੰਘ ਦੀ ਡਿਊਟੀ ਲਾ ਦੇਣੀ। ਖਾਸ ਤੌਰ ਦੇ ਉੱਤੇ ਦੁਆਬੇ ਦੇ ਵਿੱਚ ਜਾਂਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਸੀ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਣਾ ਗੁਰਜੀਤ ਸਿੰਘ ਇੱਥੇ ਹੈਗਾ। ਹੁਣ ਜਦੋਂ ਦਾ ਰੇਤਾ ਦੇ ਮੁੱਦੇ ਦੇ ਉੱਤੇ ਰਾਣਾ ਗੁਰਜੀਤ ਸਿੰਘ ਨੂੰ ਦੇਣਾ ਪਿਆ ਅਸਤੀਫਾ ਤੇ ਕਰ ਲਿਆ ਗਿਆ ਪ੍ਰਵਾਨ, ਉਹਦੇ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੂੰ ਮੋਹਰੀ ਤੌਰ ਦੇ ਉੱਤੇ ਭੂਮਿਕਾ ਤੋਂ ਦਿੱਤੀ ਨਹੀਂ ਜਾ ਸਕਦੀ ਜਦੋਂ ਤੱਕ ਲੋਕਾਂ ਨੂੰ ਚੇਤਾ ਨਹੀਂ ਪੈਂਦਾ। ਪਰ ਦੂਸਰੇ ਪਾਸੇ ਇਹ ਵੀ ਗੱਲ ਪੱਕੀ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਸਰਗਰਮ ਸਿਆਸਤ ਦੇ ਵਿੱਚੋਂ ਥੋੜਾ ਜਿਹਾ ਲਾਂਭੇ ਹੋਣ ਤੋਂ ਬਾਅਦ ਅਜੇ ਤੱਕ ਕੋਈ ਵੀ ਕਾਂਗਰਸੀ ਵਿਧਾਇਕ 15 ਦੇ ਵਿੱਚੋਂ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਭਰੋਸੇਮੰਦ ਨਹੀਂ ਬਣਾ ਸਕਿਆ, ਕਿਉਂਕਿ ਜੇ ਬਣਾਇਆ ਹੁੰਦਾ ਤਾਂ ਦੁਆਬੇ ਦੇ ਵਿੱਚ ਜਿੰਨੇ ਕੁ ਸਮਾਗਮ ਹੋ ਰਹੇ ਨੇ ਉਹਨਾਂ ਸਮਾਗਮਾਂ ਦਾ ਇੰਚਾਰਜ ਕਾਂਗਰਸ ਤੇ ਇਹਨਾਂ ਦੁਆਬੇ ਦੇ ਵਿਧਾਇਕਾਂ ਨੂੰ ਬਣਾਇਆ ਜਾਣਾ ਸੀ। ਪਰ ਨਹੀਂ, ਦੋ ਸਮਾਗਮ, ਇੱਕ ਹੋ ਚੁੱਕਿਆ ਤੇ ਇੱਕ ਹੋਣਾ। ਇੱਕ ਹੋ ਚੁੱਕਿਆ ਕਰਤਾਰਪੁਰ ਦੇ ਵਿੱਚ ਜਿੱਥੇ ਜੰਗੇ ਆਜ਼ਾਦੀ ਯਾਦਗਾਰ ਦਾ ਉਦਘਾਟਨ ਕੀਤਾ ਜਾਣਾ ਸੀ ਸੈਕਿੰਡ ਫੇਜ਼ ਦਾ, ਪਰ ਉੱਥੇ ਦੁਆਬੇ ਦੀਆਂ 3 ਸੀਟਾਂ ਦੇ ਵਿੱਚੋਂ 15 ਸੀਟਾਂ ਜਿੱਤਣ ਵਾਲੇ ਜਿਹੜੇ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ। ਜ਼ਿੰਮੇਵਾਰੀ ਕਿਹਨੂੰ ਦਿੱਤੀ? ਕੈਪਟਨ ਸੰਦੀਪ ਸੰਧੂ ਨੂੰ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸਮ ਖਾਸ ਨੇ। ਉਹਨਾਂ ਨੂੰ ਪਹਿਲਾਂ ਤਾਂ ਕਰਤਾਰਪੁਰ ਭੇਜਿਆ ਗਿਆ ਸੀ ਕਿ ਤੁਸੀਂ ਸਾਰੇ ਪ੍ਰਬੰਧ ਦੇਖੋ, ਜੇ ਕਿਸੇ ਗਰੀਬ ਦੀ ਘਾਟ ਲੱਗਦੀ ਹੈ, ਕੋਈ ਉਲਟਾਈ ਲੱਗਦੀ ਹੈ, ਤਾਂ ਆਪਾਂ ਹੁਣੇ ਹੁਣੇ ਇਹਨੂੰ ਦੂਰ ਕਰ ਦਈਏ। ਦੂਸਰੇ ਪਾਸੇ ਹੁਣ ਜਦੋਂ ਨਕੋਦਰ ਦੇ ਵਿੱਚ ਭਲਕੇ ਸਮਾਗਮ ਹੋਣਾ ਹੈ, ਦੁਆਬੇ ਦੇ ਕਿਸੇ ਕਾਂਗਰਸੀ MLA ਨੂੰ
ਦੁਆਬੇ ਦੇ ਕਿਸੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੂੰ ਜ਼ਿੰਮੇਵਾਰੀ ਦਿੱਤੀ। ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਕੈਪਟਨ ਸੰਦੀਪ ਸੰਧੂ ਦਾ ਨੰਬਰ ਲੱਗਾ ਕਿ ਭਾਈ ਤੁਸੀਂ ਜਾ ਕੇ ਦੇਖੋ ਨਕੋਦਰ ਦੇ ਵਿੱਚ ਜਿਹੜੇ ਨੇ ਉਹ ਕਰਜ਼ਾ ਮਾਫੀ ਦੇ ਸਮਾਗਮ ਦੇ ਪ੍ਰਬੰਧ ਸਾਰੇ ਪੂਰੇ ਨੇ ਜਾਂ ਫਿਰ ਮਾੜਾ ਮੋਟਾ ਕੰਮ ਅਜੇ ਸੱਜੇ ਖੱਬੇ ਹੈ। ਇਹਦੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਯਤਨ ਪਿਛਲੇ ਸਮੇਂ ਬਹੁਤ ਕੀਤੇ ਕਿ ਆਪਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਆਸੀ ਤੌਰ ਤੇ ਅੱਖਾਂ ਦੇ ਤਾਰੇ ਬਣਨ ਵਾਲੀ ਭੂਮਿਕਾ ਨਿਭਾਈਏ, ਪਰ ਨਿਭਾਈ ਨਹੀਂ ਗਈ। ਇਹਦੇ ਦੋ ਵੱਡੇ ਕਾਰਨ ਲੱਗਦੇ ਆ। ਇੱਕ ਤਾਂ ਅਜੇ ਤੱਕ ਨਾਨਾ ਗੁਰਜੀਤ ਸਿੰਘ ਕਿਸੇ ਕਾਂਗਰਸੀ ਨੂੰ ਆਪਣੇ ਬਰਾਬਰ ਦੇ ਕੱਖ ਮੁੱਦ ਦਾ ਹੋਣ ਨਹੀਂ ਦੇਣਾ ਚਾਹੁੰਦੇ। ਦੂਸਰਾ ਇਹ ਵੀ ਕਿਤੇ ਨਾ ਕਿਤੇ ਹੈਗਾ ਕਿ 15 ਦੇ ਵਿੱਚੋਂ ਦੋ ਕਾਂਗਰਸੀ ਵਿਧਾਇਕ ਆਪਣੇ ਐਸੇ ਨੇ ਜਿਹਨਾਂ ਦੀ ਬੀਬੀ ਆਸ਼ਾ ਕੁਮਾਰੀ ਕਾਂਗਰਸ ਪਾਰਟੀ ਦੀ ਇੰਚਾਰਜ ਦੇ ਨਾਲ ਸਿੱਧੀ ਗੱਲ ਹੈ। ਕਪਤਾਨ ਸਾਹਿਬ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ, ਇਹ ਸੋਚਣ ਵਿਚਾਰਨ ਦਾ ਵਿਸ਼ਾ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਦੋ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਨੇ, ਇੱਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਨੇੜਲਾ ਹੈ। ਇਸ ਕਰਕੇ ਉਹ ਵੀ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਸਿੱਟਵੇਂ ਆਉਣੇ, ਤੇ ਨਾਲ ਦੀ ਨਾਲ ਇਹ ਵੀ ਗੱਲ ਆਪਣੇ ਆਪ ਸਪਸ਼ਟ ਹੈ ਕਿ ਦੁਆਬੇ ਦੇ ਬਹੁਤੇ ਕਾਂਗਰਸੀ ਜਿਹੜੇ ਵੱਡੇ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਸਰਗਰਮ ਰਾਜਨੀਤੀ ਤੋਂ ਲਾਂਭੇ ਹੀ ਨੇ, ਤੇ ਹੁਣ ਕਪਤਾਨ ਸਾਹਿਬ ਨੂੰ ਦੁਆਬੇ ਦੇ ਵਿੱਚ ਅਜੇ ਤੱਕ ਭਰੋਸੇਮੰਦ ਸਾਥੀ ਮਿਲਿਆ ਨਹੀਂ। ਭੜਕ ਨੂੰ ਮਿਲ ਗਿਆ ਪਤਾ ਨਹੀਂ, ਪਰ ਹਾਲ ਦੀ ਘੜੀ ਕੈਪਟਨ ਸੰਦੀਪ ਸੰਧੂ ਜਿਹੜੇ ਨੇ ਦੁਆਬੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣ ਦਾ ਬਖੂਬੀ ਯਤਨ ਕਰ ਰਹੇ ਨੇ ਜੀ। ਤੇ ਵਾਰ ਸਾਹਿਬ ਸੁਖਬੀਰ ਵੀ ਤੁਰ ਸਕਦਾ, ਕਹਿੰਦੇ ਨਾਇਡੂ ਦੇ ਰਾਹ ਦੇ ਉੱਤੇ ਐ ਹੋ ਜੂਗਾ? ਸੁਖਨੈਬ ਜੀ, ਸੰਭਾਵਨਾ ਕੋਈ ਨੀ। ਇਹ ਵੀ ਗੱਲ ਹੈ ਕਿ ਜੋ ਹਾਲਾਤ ਨੇ ਜ਼ਮੀਨੀ ਪੱਧਰ ਦੇ ਉੱਤੇ ਪੰਜਾਬ ਚ ਸਿਆਸੀ ਤੌਰ ਤੇ ਉਹਨੂੰ ਵੇਖਦਿਆਂ ਲੱਗਦਾ ਵੀ ਨੀ ਕੋਈ ਬੰਦਾ ਇੰਨਾ ਜੋਖਮ ਲਊ, ਪਰ ਪਿਛਲੇ 6-7 ਮਹੀਨਿਆਂ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਨੇ ਜੋ ਕੁਝ ਤਜਰਬੇ ਵੱਖ ਵੱਖ ਸੂਬਿਆਂ ਦੇ ਵਿੱਚ ਕੀਤੇ ਨੇ, ਉਹਨਾਂ ਤਜਰਬਿਆਂ ਨੂੰ ਵੇਖਦਿਆਂ ਲੱਗਦਾ ਕਿ ਪੰਜਾਬ ਵਿੱਚ ਅਗਲਾ ਅਖਾੜਾ ਬਣ ਗਿਆ ਤੇ ਕੋਈ ਵੱਡੀ ਗੱਲ ਨੀ ਹੋਏਗੀ। ਆਪਾਂ ਗੱਲ ਨਾਇਡੂ ਸਾਹਿਬ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵ ਸੈਨਾ ਵੱਲੋਂ ਆਉਂਦੇ ਹਾਂ। ਸ਼ਿਵ ਸੈਨਾ ਭਾਰਤ ਦੀ ਇੱਕ ਐਸੀ ਖੇਤਰੀ ਸਿਆਸੀ ਪਾਰਟੀ ਹੈ ਸੁਖਨੈਬ ਜੀ, ਜਿਹੜੀ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਗਈ ਸੀ, ਤੇ ਸਭ ਤੋਂ ਲੰਬਾ ਗੱਠਜੋੜ ਵੀ ਸ਼ਿਵ ਸੈਨਾ ਦੇ ਨਾਲ ਹੀ ਰਿਹਾ ਭਾਰਤੀ ਜਨਤਾ ਪਾਰਟੀ ਦਾ। ਤਾਂ ਹੁਣ ਜਦੋਂ 2014 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਹਦੇ ਤੋਂ ਬਾਅਦ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਹਦੇ ਵਿੱਚ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਨੇ ਆਪਸ ਵਿੱਚ ਤੋੜ ਵਿਛੋੜਾ ਕਰ ਲਿਆ, ਤੇ ਜਦੋਂ ਤੋੜ ਵਿਛੋੜਾ ਕਰ ਲਿਆ ਤੇ ਉਹਦੇ ਤੋਂ ਬਾਅਦ ਫਿਰ ਮਸਲਾ ਅੱਗੇ ਨੂੰ ਆ ਗਿਆ। ਦੋਵੇਂ ਪਾਰਟੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਅੱਡ ਅੱਡ ਲੜੀਆਂ, ਕਿਸੇ ਨੂੰ ਬਹੁਮਤ ਨਹੀਂ ਮਿਲਿਆ, ਦੋਵੇਂ ਪਾਰਟੀਆਂ ਫਿਰ ਇਕੱਠੀਆਂ ਹੋ ਕੇ ਸਰਕਾਰ ਚਲਾਈ ਜਾਂਦੀ ਹੈ। ਹੁਣ ਉਹਦੇ ਤੋਂ ਬਾਅਦ ਕੀ ਹੋਇਆ, ਚੰਦਰਬਾਬੂ ਨਾਇਡੂ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਨੇ, ਆਂਧਰ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਕਹਿ ਦਿੱਤਾ ਜੀ ਸਾਡੇ ਸੂਬੇ ਨੂੰ ਵਿਸ਼ੇਸ਼ ਪੈਕੇਜ ਜੋ ਤੁਸੀਂ ਵਾਅਦਾ ਕੀਤਾ ਸੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਸਾਹਿਬ ਨੇ, ਉਹ ਪੈਕੇਜ ਦਿੱਤਾ ਨਾ, ਤੇ ਚੰਦਰਬਾਬੂ ਨਾਇਡੂ ਨੇ ਆਪਣੇ ਦੋਵੇਂ ਬੰਦੇ ਕੈਬਨਿਟ ਦੇ ਵਿੱਚੋਂ ਵਾਪਸ ਬੁਲਾ ਲਿਆ, ਪਰ ਬੀਜੇਪੀ ਦਾ ਸਾਥ ਨਹੀਂ ਛੱਡਿਆ, ਕਹਿੰਦੇ ਗੱਠਜੋੜ ਦੇ ਵਿੱਚ ਰਹਾਂਗੇ, ਤੁਸੀਂ ਸਾਡੇ ਸੂਬੇ ਦੇ ਲੋਕਾਂ ਨੂੰ ਪਰੇਸ਼ਾਨੀ ਤੋਂ ਮੁਕਤ ਕਰਨ ਦੇ ਲਈ ਸਾਡਾ ਕੁਝ ਨਹੀਂ ਸੋਚਿਆ, ਇਸ ਕਰਕੇ ਅਸੀਂ ਹੋਰ ਢੰਗ ਤਰੀਕੇ ਦੇ ਨਾਲ ਜਿਹੜਾ ਗੱਲਬਾਤ ਕਰਾਂਗੇ। ਹੁਣ ਉਹ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ, ਮੰਤਰੀ ਵਾਪਸ ਬੁਲਾ ਲਿਆ। ਇਹ ਵੀ ਹੋ ਸਕਦਾ ਸੁਖਨੈਬ ਜੀ ਕਿ ਜੋ ਕੁਝ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਦੇ ਵਿੱਚ ਕੀਤਾ ਸੀ, ਆਉਣ ਵਾਲੀਆਂ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਸੀਟਾਂ ਜਾਂ ਫਿਰ ਚੋਣਾਂ ਤੋਂ ਬਾਅਦ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆਉਣ ਵਾਲੀ ਹੈ ਉਦੋਂ ਚੰਦਰਬਾਬੂ ਨਾਇਡੂ ਤੇ ਭਾਰਤੀ ਜਨਤਾ ਪਾਰਟੀ ਵਾਲੇ ਅੱਡੋ ਅੱਡ ਹੋ ਕੇ ਚੋਣਾਂ ਲੜਨ, ਤੇ ਜੇ ਭਾਰਤੀ ਜਨਤਾ ਪਾਰਟੀ ਨੂੰ ਦੂਸਰੀ ਵਾਰ ਸਰਕਾਰ ਬਣਾਉਣ ਦੇ ਵਿੱਚ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਦੀ ਲੋੜ ਪੈਂਦੀ ਹੈ ਤਾਂ ਫਿਰ ਉਹ ਦੇ ਵੀ ਸਕਦੇ ਆ, ਉਦੋਂ ਬਹਾਨੇ ਵਿੱਚ ਵੀ ਹੁੰਦੇ ਆ, ਅਸੀਂ ਜੀ ਆਂਧਰ ਪ੍ਰਦੇਸ਼ ਦੇ ਲੋਕਾਂ ਦੀ ਭਲਾਈ ਦੇ ਖਾਤਰ ਸਮਰਥਨ ਦਿੱਤਾ, ਅਸੀਂ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਤਹਿਤ ਸਮਰਥਨ ਦਿੱਤਾ, ਸਾਨੂੰ ਗਲਤ ਨਾ ਸਮਝਿਆ ਜਾਵੇ। ਹੁਣ ਇਸੇ ਤਰੀਕੇ ਦੇ ਨਾਲ ਆਪਾਂ ਜੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਆਈਏ ਕਿ ਕੀ ਉਹ ਚੰਦਰਬਾਬੂ ਨਾਇਡੂ ਵਾਲੀ ਭੂਮਿਕਾ ਨਿਭਾ ਸਕਦੇ ਆ, ਕਿਉਂ ਨਹੀਂ ਨਿਭਾ ਸਕਦੇ? ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਨੂੰ ਚੇਤੇ ਰੱਖਣਾ ਚਾਹੀਦਾ ਕਿ 2-3 ਐਸੇ ਮੁੱਦੇ ਇੱਕ ਵਾਰੀ ਫਿਰ ਭੜਕੇ ਨੇ ਜਿਹਨਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੰਥਕ ਵੋਟਰ ਖੁੱਸਣ ਦਾ ਡਰ ਹੈ। ਪਹਿਲੇ ਨੰਬਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪੰਜਾਬ ਦੇ ਪਾਣੀਆਂ ਦਾ ਮੁੱਦਾ ਤੰਗ ਕਰੇਗਾ ਲੋਕ ਸਭਾ ਦੀਆਂ ਚੋਣਾਂ ਚ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਕਾਲੀ ਦਲ ਦਾ ਗੱਠਜੋੜ ਹੈ, ਉਸ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਨਹੀਂ ਕਈ ਵਾਰ ਉੱਥੇ ਪੱਖ ਜਿਹੜਾ ਉਹ ਹਰਿਆਣੇ ਦਾ ਲਿਆ, ਤੇ ਜਦੋਂ ਹਰਿਆਣੇ ਦਾ ਪੱਖ ਲਿਆ ਤੇ ਫਿਰ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣ ਤੇ ਭਾਵੇਂ ਬੀਬੀ ਬਾਦਲ, ਸਵਾਲਾਂ ਦੇ ਜਵਾਬ ਦੇਣੇ ਤਾਂ ਔਖੇ ਹੋ ਜਾਣਗੇ ਨਾ।
दूसरे पास इस वे हालात यह ने कि पंजाब दे विच जी एस टी जो लंगर की रस्ते उत्ते लग्या उहदा मुद्दा बहुत वड्डा बनिया होया उस मुद्दे बनाया भी गया जितनी सब कहिंदे कि असीं जी एस टी की रस्ते जिहड़ा लंगर की रस्ते जी एस टी लाया नहीं तो इधर बडूंगर साहब कही जाते उन्हां तों बाद दूसरे जिहड़े प्रधान बने ने लौंगोवाल साहब भी कही जाते हैं कि जी एस टी सानूं लंगर दे उत्ते देना पैंदा सो केंद्र सरकार जिहदे विच बीबी हरसिमरत कौर बादल आप कैबिनेट मंत्री ने चार साल हो गया उन्हां नूं बनिया तो जे जी एस टी के मुद्दे के उत्ते किते उन्हां तों अस्तीफा अकाली दल दवा लैंदा तां अपने संथक वोट बैंक जिहड़े ने उन्हां नूं इकट्ठा करन दे वल मारिया गया उहदा इक हमला भी हो सकदा दूसरे पासे भी हो सकदा कि आने वाली लोग सभा दीआं चोणां जिहड़ियां ने श्रोमणी अकाली दल भारतीय जनता पार्टी वाले अड अड हो के लभ लैण कि जे अकाली दल नूं चार पंज सीटां मिल गईआं भड़कणू किते भारतीय जनता पार्टी नूं केंद्र दे विच सरकार बनाउण लग्गीआं लोड़ पैंदी है तां फिर उह अपनी हमायत जिहड़ी है उधरले पासे दे भी सकदे आ सो कुल मिला के भावें बहुत दूर की गल है नौ मास के रिश्ते वाली गल है अकाली दल से भारतीय जनता पार्टी के विचाले पर सियासत है सियासत में कुछ भी जायज है सो लगता है कि जे हालात इदा के रहे कि अकाली दल में लगे कि साडा पंथक वोट बैंक एक बार फिर साढ़े तो मुख मुड़ी जाता तो चंद्रबाबू नायडू वाली भूमिका जी है सुखबीर सिंह बादल निभा भी सकते हैं जी डॉक्टर साहब एक छोटी जी ब्रेक लै लिये जी ब्रेक तो बाद गड्डी गेयर च रख दे जी ਲਓ ਜੀ ਇੱਕ ਬ੍ਰੇਕ ਲੈ ਲਈਏ ਆਪਾਂ ਇਹਨਾਂ ਬ੍ਰੇਕਾਂ ਤੋਂ ਤੇ ਖਬਰਸਾਰ ਦੀ ਗੱਲ ਕਰਦੇ ਹਾਂ ਬਾਟ ਸਾਹਿਬ ਦੇ ਨਾਲ ਬਾਟ ਸਾਹਿਬ ਇੱਕ ਹੋਰ ਚਰਚਾ ਜੀ ਚੱਲੀ ਜਾਂਦੀ ਹੈ ਕਹਿੰਦੇ ਮਨਪ੍ਰੀਤ ਬਾਦਲ ਹੋਰੇ ਕਹਿੰਦੇ ਆ ਆਈ ਐਸ ਅਧਿਕਾਰੀਆਂ ਨੂੰ ਪੰਜਾਬੀ ਆਉਂਦੀ ਹੈ ਅੰਗਰੇਜ਼ੀ ਦੇ ਵਿੱਚ ਲੈਟਰ ਤੱਕ ਨਹੀਂ ਲਿਖਣੀ ਆਉਂਦੀ ਤੇ ਦੂਸਰੇ ਪਾਸੇ ਇੱਕ ਆਗੂ ਹੈ ਜਿਹੜਾ ਉਹ ਆਖੀ ਜਾਂਦਾ ਜੀ ਕਹਿੰਦੇ ਮਨਪ੍ਰੀਤ ਦੀ ਉਰਦੂ ਫਾਰਸੀ ਹੈ ਜਿਹੜੀ ਉਹ ਅਧਿਕਾਰੀਆਂ ਨੂੰ ਸਮਝ ਨਹੀਂ ਆਉਂਦੀ ਫਿਰ ਵਿਚਾਰਿਆਂ ਨੂੰ ਸਮਝ ਕੀ ਆਉਂਦਾ ਜੀ ਜੀ ਬੜੀ ਅਜੀਬ ਜਿਹੀ ਸਥਿਤੀ ਪੈਦਾ ਹੋਈ ਹੈ ਕਿਉਂਕਿ ਜਿਸ ਹੁਣ ਪਤਾ ਨੀ ਉਹਨੂੰ ਵਰਲਡ ਪੰਜਾਬੀ ਕਾਨਫਰੰਸ ਕਹੀਏ ਕਿ ਵਿਸ਼ਵ ਪੰਜਾਬੀ ਕਾਨਫਰੰਸ ਕਹੀਏ ਜਾਂ ਕਿਹੜੀ ਕਾਨਫਰੰਸ ਕਹੀਏ ਉਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਬੋਲਦਿਆਂ ਚੰਡੀਗੜ੍ਹ ਦੀ ਧਰਤੀ ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਹਿ ਦਿੱਤਾ ਸੀ ਗੱਲਾਂ ਉਹਨਾਂ ਨੇ ਵੈਸੇ ਕਈ ਕਹੀਆਂ ਪਹਿਲਾਂ ਤਾਂ ਇਹ ਕਹਿ ਦਿੱਤਾ ਸੀ ਕਿ ਪੰਜਾਬ ਨੂੰ ਜਿਹੜਾ ਵਿੱਤੀ ਤੌਰ ਦੇ ਉੱਤੇ ਰੋੜਿਆ ਨਾ ਉਹ ਸਾਡੇ ਲੀਡਰਾਂ ਨੇ ਰੋੜਿਆ ਇਹ ਵੀ ਕਹਿਤਾ ਸੀ ਕਿ ਸ਼ਾਇਦ ਤੋਂ ਬਾਅਦ ਜਿੰਨੀਆਂ ਸਰਕਾਰਾਂ ਆਈਆਂ ਤੇ ਚੱਜ ਦੀ ਸਰਕਾਰ ਹੀ ਨਹੀਂ ਆਈ ਉਹਨਾਂ ਨੇ ਗੱਲਾਂ ਚੰਗੀਆਂ ਵੀ ਕੀਤੀਆਂ ਸੀ ਕਈ ਕਿ ਭਾਈ ਆ ਵੇਖੋ ਜੇ ਸਾਡੇ ਲੀਡਰ ਚੱਜ ਦੇ ਹੁੰਦੇ ਤਾਂ ਪੰਜਾਬ ਦੇ ਹਾਲਾਤ ਇੰਨੇ ਮਾੜੇ ਨਾ ਹੁੰਦੇ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਇੱਕ ਮੰਤਰੀ ਵਜੋਂ ਜਦੋਂ ਜਾਣਾ ਪੈਂਦਾ ਨਾ ਕੇਂਦਰ ਸਰਕਾਰ ਦੀਆਂ ਮੀਟਿੰਗਸ ਦੇ ਵਿੱਚ ਜਿੱਥੇ ਬਾਕੀ ਸੂਬਿਆਂ ਦੇ ਪ੍ਰਤੀਨਿਧ ਵੀ ਆਏ ਹੁੰਦੇ ਤੇ ਕਹਿੰਦੇ ਉੱਥੇ ਸ਼ਰਮ ਆਉਣ ਲੱਗ ਪੈਂਦੀ ਹੈ ਜਦੋਂ ਪੰਜਾਬ ਦੇ ਨਸ਼ਿਆਂ ਦੀ ਗੱਲ ਚੱਲਦੀ ਹੈ ਜਦੋਂ ਪੰਜਾਬ ਦੇ ਮਾਫੀਆ ਦੀ ਗੱਲ ਚੱਲਦੀ ਹੈ ਜਦੋਂ ਪੰਜਾਬ ਦੇ ਵਿੱਚ ਹੋਰ ਜਿਹੜੀਆਂ ਘਾਟਾਂ ਨੇ ਉਹਨਾਂ ਦੀ ਗੱਲ ਚੱਲਦੀ ਕਹਿੰਦੇ ਸੱਚੀਓ ਸ਼ਰਮ ਆਉਂਦੀ ਹੈ ਤੇ ਉਸੇ ਸਮਾਗਮ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਇੱਕ ਸਵਾਲ ਦੇ ਜਵਾਬ ਚ ਕਿਉਂਕਿ ਉਹਨਾਂ ਨੂੰ ਪੁੱਛਿਆ ਗਿਆ ਸੀ ਪੰਜਾਬੀ ਭਾਸ਼ਾ ਦੇ ਬਾਰੇ ਕਿ ਪੰਜਾਬੀ ਭਾਸ਼ਾ ਵਪਾਰ ਦੀ ਰੁਜ਼ਗਾਰ ਦੀ ਕਾਰੋਬਾਰ ਦੀ ਭਾਸ਼ਾ ਕਦੋਂ ਬਣੇਗੀ ਪੰਜਾਬੀ ਭਾਸ਼ਾ ਦੀ ਸੁਰੱਖਿਆ ਕਿਵੇਂ ਹੋਏਗੀ ਤੇ ਉਹਦੇ ਉਹਨਾਂ ਨੇ ਕਿਹਾ ਸੀ ਕਿ ਜੇ ਪੰਜਾਬ ਵਿੱਤੀ ਤੌਰ ਦੇ ਉੱਤੇ ਸੰਕਟ ਦੇ ਜਿਹੜੇ ਦੱਬਿਆਂ ਦੇ ਵਿੱਚੋਂ ਬਾਹਰ ਨਿਕਲ ਜਾਏ ਨਾ ਜੇ ਪੰਜਾਬ ਵਿੱਤੀ ਤੌਰ ਦੇ ਉੱਤੇ ਸਮਰੱਥ ਹੋ ਜਾਏ ਇੱਥੋਂ ਦਾ ਢਾਂਚਾ ਚੰਗਾ ਹੋ ਜਾਏ ਤਾਂ ਫਿਰ ਕਹਿੰਦੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਫਿਰ ਉਹਦੀ ਮਾਂ ਭਾਸ਼ਾ ਪੰਜਾਬੀ ਜਿਹੜੀ ਆਪਣੇ ਆਪ ਹੀ ਬਚ ਜਾਣੀ ਹੈ ਵਿੱਤ ਦੇ ਨਾਲ ਇਹਦਾ ਸਿੱਧਾ ਸੰਬੰਧ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪਤਾ ਨੀ ਕਿੱਥੋਂ ਆ ਜਾਂਦੇ ਨੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਚੰਗੀ ਇੰਗਲਿਸ਼ ਦੇ ਵਿੱਚ ਇੱਕ ਪੇਜ ਤੱਕ ਨੀ ਲਿਖ ਰਿਹਾ ਆਉਂਦਾ ਇੱਕ ਅਰਜ਼ੀ ਤੱਕ ਨੀ ਲਿਖਦੀ ਇੱਕ ਰਿਪੋਰਟ ਤੱਕ ਨੀ ਬਣਾ ਸਕਦੇ ਮੈਨੂੰ ਕਹਿੰਦੇ ਸਮਝ ਨੀ ਆਉਂਦੀ ਕਿ ਪਾਸ ਕਿਵੇਂ ਹੋ ਗਿਆ ਤੇ ਏਡੇ ਵੱਡੇ ਅਹੁਦਿਆਂ ਦੇ ਉੱਤੇ ਆ ਕਿਵੇਂ ਗਏ ਹੁਣ ਠੀਕ ਹੈ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਆਪ ਚੰਗੇ ਸਕੂਲ ਦੇ ਪੜ੍ਹੇ ਹੋਏ ਨੇ ਚੰਗੀ ਇੰਗਲਿਸ਼ ਬੋਲ ਵੀ ਲੈਂਦੇ ਆ ਲਿਖ ਵੀ ਲੈਂਦੇ ਆ ਪਰ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਨੇ ਅਧਿਕਾਰੀਆਂ ਨੇ ਕੀਤੀਆਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇੱਕ ਅਧਿਕਾਰੀ ਉਹਨਾਂ ਦੇ ਜੇ ਖਿਲਾਫ ਹੋ ਗਏ ਆਪਣੀ ਸਰਕਾਰ ਦੇ ਵਿੱਚ ਰਹਿੰਦਿਆਂ ਆਪਣੇ ਮਹਿਕਮੇ ਨੂੰ ਸਾਂਭਦਿਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਕੁਰਸੀਆਂ ਦਾ ਸਾਹਮਣਾ ਕਈ ਤਰ੍ਹਾਂ ਦੀਆਂ ਅੜਚਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਤੇ ਬਾਟ ਸਾਹਿਬ ਜਲੰਧਰ ਦੀ ਲਾਇਬ੍ਰੇਰੀ ਕਹਿੰਦੇ ਜੀ ਸਰਕਾਰੀ ਮਦਦ ਨੂੰ ਤਰਸ ਰਹੀ ਹੈ ਸੁਖਨਾਥ ਜੀ ਸਾਡੇ ਤੋਂ ਜਲੰਧਰ ਦੇ ਵਿੱਚ ਕੁਝ ਹੋਰ ਚੰਗਾ ਬਣਿਆ ਤਾਂ ਨਹੀਂ ਲਿਟਰੇਚਰ ਦੇ ਨਾਲ ਸੰਬੰਧਿਤ ਦੋ ਤਿੰਨ ਹੀ ਥਾਵਾਂ ਹੈਗੀਆਂ ਇੱਕ ਦੇਸ਼ ਭਗਤ ਯਾਦਗਾਰ ਹਾਲ ਤਾਂ ਹੈਗਾ ਹੀ ਹੈਗਾ ਨਾ ਉਹਦੀ ਮਹੱਤਤਾ ਤੋਂ ਤਾਂ ਸਾਡੇ ਤੋਂ ਇਨਕਾਰ ਕਦੇ ਕੀਤਾ ਹੀ ਨਹੀਂ ਜਾਣਾ ਦੂਸਰੇ ਪਾਸੇ ਪੰਜਾਬ ਦੀ ਸਰਕਾਰ ਨੇ ਉੱਥੇ ਜ਼ਿਲ੍ਹਾ ਲਾਇਬ੍ਰੇਰੀ ਬਣਾਈ ਹੋਈ ਹੈ ਸਰਕਾਰੀ ਨਾਮ ਹੈ ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ ਹਾਲਾਤ ਕੀ ਨੇ
ਦੇਖੋ ਪਹਿਲੀ ਗੱਲ 1957 ਦੇ ਵਿੱਚ ਬਣੀ ਸੀ ਇਹ ਲਾਇਬ੍ਰੇਰੀ, 57 ਤੋਂ ਬਾਅਦ 2018 ਆ ਗਿਆ, ਮਤਲਬ ਹੈ ਕਿ 60 ਸਾਲ ਤੋਂ ਵੱਧ ਸਮਾਂ ਹੋ ਗਿਆ। ਗੁਰੂ ਨਾਨਕ ਲਾਇਬ੍ਰੇਰੀ ਜਿਹੜੀ ਡਿਸਟ੍ਰਿਕਟ ਲਾਇਬ੍ਰੇਰੀ ਨੂੰ ਕਿਹਾ ਜਾਂਦਾ ਸਰਕਾਰ ਵੱਲੋਂ, ਉਸ ਲਾਇਬ੍ਰੇਰੀ ਨੂੰ ਬਣਿਆ ਅੱਜ ਇੱਥੇ 90,000 ਕਿਤਾਬਾਂ। ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਘੱਟ ਕਿਤਾਬਾਂ ਸੀਗੀਆਂ, ਖਰੀਦੀਆਂ ਗਈਆਂ ਸੀ 5-5, 7-7 ਕਰਕੇ ਇਸ ਲਾਇਬ੍ਰੇਰੀ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਗਈ। ਪਰ ਅੱਜ ਹਾਲਾਤ ਕੁਝ ਨੇ, 90,000 ਕਿਤਾਬਾਂ ਨੂੰ ਆਪਣੀ ਬੁੱਕਲ ਦੇ ਵਿੱਚ ਸਮੋ ਕੇ ਬੈਠੀ ਹੈ ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ ਜਲੰਧਰ। ਕਰਤਾਰ ਸਿੰਘ ਦੁੱਗਲ ਦੀ ਪੀੜ੍ਹੀ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਰਾਈਟਰ ਨੇ, ਜਿਹੜੇ ਲੇਖਕ ਨੇ, ਉਹਨਾਂ ਦੀਆਂ ਪਈਆਂ ਉੱਥੇ ਕਿਤਾਬਾਂ। ਪਰ ਸਰਕਾਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਐਸੀ ਹੈ ਕਿ ਬਹੁਤ ਆਲੀਸ਼ਾਨ ਬਿਲਡਿੰਗ ਬਣੀ ਹੋਈ ਹੈ, ਪਰ ਰਿਪੇਅਰ ਦੀ ਘਾਟ ਦੇ ਕਰਕੇ, ਕੋਈ ਫੰਡ ਨਾ ਆਉਣ ਦੇ ਕਰਕੇ ਉਸ ਬਿਲਡਿੰਗ ਦੀ ਹਾਲਤ ਜਿਹੜੀ ਹੈ ਬਹੁਤ ਖਸਤਾ ਹੋ ਗਈ। ਤੇ ਨਾਲ ਦੀ ਨਾਲ ਇਹ ਵੀ ਆਪਣੇ ਆਪ ਚ ਮਹੱਤਵਪੂਰਨ ਗੱਲ ਹੈ ਕਿ ਲਾਇਬ੍ਰੇਰੀਅਨ ਬੀਬੀ ਸੁਰਿੰਦਰ ਕੌਰ ਆਪਣੇ ਪੱਧਰ ਦੇ ਉੱਤੇ ਲਾਇਬ੍ਰੇਰੀ ਬੀਬੀ ਸਾਂਭੀ ਜਾਂਦੀ ਹੈ। ਕਈ ਵਾਰੀ ਪੈਸਾ ਧੇਲਾ ਵੀ ਪੱਲੇ ਖਰਚਣਾ ਪੈਂਦਾ। ਹੁਣ 18 ਦੀਆਂ ਪੋਸਟਾਂ ਜਿਹੜੀਆਂ ਮਨਜ਼ੂਰ ਨੇ ਇਸ ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ ਦੇ ਲਈ, ਤਾਂ ਕਿੰਨੇ ਬੰਦੇ ਕੰਮ ਕਰਦੇ ਹੈ? ਸਿਰਫ 6। ਇਹਦਾ ਮਤਲਬ ਹੈ ਕਿ ਸਿਰਫ ਤੀਸਰਾ ਹਿੱਸਾ ਲੋਕ ਹੀ ਐਸੇ ਨੇ ਜਿਨ੍ਹਾਂ ਨੂੰ ਸਰਕਾਰੀ ਡਿਊਟੀ ਦੇ ਉੱਤੇ ਪਹੁੰਚਾਇਆ ਗਿਆ, ਬਾਕੀ ਦੋ ਹਿੱਸੇ ਜਿਹੜੇ ਹੈ ਉਹ ਖਾਲੀ ਨੇ। ਇਹਦੇ ਤੋਂ ਇਲਾਵਾ ਹਾਲਾਤ ਕੀ ਹੋ ਗਏ? ਕਿਤਾਬਾਂ ਖਰਾਬ ਹੋ ਰਹੀਆਂ। ਕਿਉਂ ਖਰਾਬ ਹੋ ਰਹੀਆਂ? ਕਿਉਂਕਿ ਛੱਤ ਜਿਹੜੀ ਹੈ ਚੁੰਦੀ ਹੈ, ਮੈਂ ਬਾਅਦ ਵਿੱਚ ਆਉਂਦਾ, ਛੱਤ ਤੋਂ ਪਾਣੀ ਪਹਿਲਾਂ ਟਪਕਣ ਲੱਗ ਪੈਂਦਾ। ਇਸੇ ਤਰੀਕੇ ਇਸ ਲਾਇਬ੍ਰੇਰੀਅਨ ਬੀਬੀ ਸੁਰਿੰਦਰ ਕੌਰ ਦੀ ਬਹਾਦਰੀ ਦੇਖੋ ਕਿ ਹਰ ਮਹੀਨੇ 4,000 ਰੁਪਈਏ ਬਿਜਲੀ ਦਾ ਬਿੱਲ ਆਉਂਦਾ ਐਵਰੇਜ, ਤੇ ਉਹ ਬੀਬੀ ਆਪਣੇ ਪੱਲੇ ਬਿੱਲ ਅਦਾ ਕਰੀ ਜਾਂਦੀ ਹੈ, ਆਪਣੀ ਤਨਖਾਹ ਦੇ ਵਿੱਚੋਂ ਬਿੱਲ ਦੇਈ ਜਾਂਦੀ ਹੈ ਕਿ ਜੇ ਸਰਕਾਰ ਭਵਿੱਖ ਦੇ ਵਿੱਚ ਪੈਸੇ ਸੈਂਕਸ਼ਨ ਕਰ ਦੂ ਤਾਂ ਫਿਰ ਲੈ ਲਾਂਗੇ, ਨਹੀਂ ਤਾਂ ਫਿਰ। ਸਤਿ ਸ੍ਰੀ ਅਕਾਲ ਵਾਲੀ ਗੱਲ ਤਾਂ ਜਿਹੜੀ ਉਹ ਹੈਗੀ ਹੈਗੀ ਹੈ। ਇਹਦੇ ਨਾਲ ਨਾਲ ਜਿਹੜੇ ਕਦੇ 30,000 ਮੈਂਬਰ ਹੁੰਦੇ ਸੀ ਇਸ ਲਾਇਬ੍ਰੇਰੀ ਦੇ, ਅੱਜ ਉਹਨਾਂ ਦੀ ਗਿਣਤੀ ਘੱਟ ਕੇ 15,700 ਰਹਿ ਗਈ। ਕਿਉਂ ਰਹਿ ਗਈ? ਕਿਉਂਕਿ ਨਾ ਤਾਂ ਲਾਈਟ ਦਾ ਪੂਰਾ ਪ੍ਰਬੰਧ ਹੈ, ਨਾ ਨਵੀਆਂ ਕਿਤਾਬਾਂ ਖਰੀਦਣ ਦੇ ਲਈ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਹੋ ਰਹੀ ਹੈ, ਨਾ ਬਹੁਤੀਆਂ ਅਖਬਾਰਾਂ ਤੇ ਮੈਗਜ਼ੀਨ ਖਰੀਦਣ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਫੰਡ ਪਿਆ। ਤੇ ਜਦੋਂ ਹਾਲਾਤ ਇਦਾਂ ਦੇ ਹੋ ਜਾਂਦੇ ਆ ਤਾਂ ਫਿਰ ਬਹੁਤ ਸਾਰੇ ਜਿਹੜੇ ਮੈਂਬਰ ਹੁੰਦੇ ਐਕਟਿਵ ਰਹਿਣ ਦੀ ਜਗ੍ਹਾ ਦੇ ਉੱਤੇ ਉਦਾਸੀਨ ਹੋ ਜਾਂਦੇ ਆ। ਇਸੇ ਕਰਕੇ ਕਦੇ 30,000 ਤੋਂ ਵੱਧ ਮੈਂਬਰ, ਜਿਹੜੇ ਮੈਂਬਰ ਐਕਟਿਵ ਹੁੰਦੇ ਸੀ ਉਹਨਾਂ ਦੇ ਵਿੱਚੋਂ 15,700 ਜਿਹੜੇ ਨੇ ਉਹ ਇਸ ਵੇਲੇ ਰਹਿ ਗਏ, ਬਾਕੀ 14-15,000 ਗਿਆ ਕਿੱਥੇ? ਸਾਨੂੰ ਕਿਤੇ ਨਾ ਕਿਤੇ ਉਧਰਲੇ ਪਾਸੇ ਝਾਤ ਮਾਰਨੀ ਚਾਹੀਦੀ ਹੈ। ਸੁਖਨੈਬ ਜੀ, ਜਿੰਨੀਆਂ ਬੇਸ਼ਕੀਮਤੀ ਤੇ ਪੁਰਾਣੀਆਂ ਕਿਤਾਬਾਂ ਇਸ ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ ਦੇ ਵਿੱਚ ਪਈਆਂ, ਏਡੇ ਖਜ਼ਾਨੇ ਨੂੰ ਸਾਡੇ ਤੋਂ ਦੁਬਾਰਾ ਇਕੱਠਾ ਨਹੀਂ ਕੀਤਾ, ਹੁਣ ਵੀ ਇਹਨੂੰ ਚੰਗੇ ਤਰੀਕੇ ਸਾਂਭਿਆ ਜਾਏ ਤਾਂ ਚੰਗਾ ਜੀ। ਤੇ ਵਟਸਐਪ ਕੈਪਟਨ ਅਮਰਿੰਦਰ ਹੋਰਾਂ ਦੀ ਨਕੋਦਰ ਫੇਰੀ। ਸੁਖਨੈਬ ਜੀ, ਨਕੋਦਰ ਫੇਰੀ ਆਪਣੇ ਅੰਗ ਸੰਗ ਕਈ ਕੁਝ ਲੈ ਕੇ ਘੁੰਮ ਫਿਰ ਰਹੀ ਹੈ। ਇੱਕ ਤਾਂ 7 ਕਾਂਗਰਸ ਪਾਰਟੀ ਦੇ ਦਾਅਵੇਦਾਰ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਟਿਕਟ ਮੰਗਦੇ ਆ। ਉਹ ਜਿਹੜੇ ਟਿਕਟ ਮੰਗਦੇ ਆ ਉਹ ਸ਼ਾਹਕੋਟ ਦੇ ਵਿੱਚ ਲਾਮਬੰਦੀ ਕਰਦੇ ਫਿਰਦੇ ਆ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਗਮ 'ਚ ਨਕੋਦਰ ਪਹੁੰਚਣਾ। ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਜਿਹੜੇ ਦਾਅਵੇਦਾਰ ਨੇ ਆਪੋ ਆਪਣੇ ਨਾਂ ਤੇ ਤਸਵੀਰ ਵਾਲੀਆਂ ਉੱਥੇ ਜਾਣਗੇ ਤਾਂ ਜੋ ਦੂਰੋਂ ਹੀ ਪਤਾ ਲੱਗ ਸਕੇ ਕਿ ਭਾਈ ਇੱਥੇ ਵੱਧ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਹੜਾ ਦਾਅਵੇਦਾਰ ਲੈ ਕੇ ਆਇਆ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਬਾਹਰ ਹੋ ਰਿਹਾ ਇਹ ਕਰਜ਼ਾ ਮਾਫੀ ਦਾ ਸਮਾਗਮ, ਪਰ ਸਭ ਤੋਂ ਵੱਧ ਕਿਸਾਨ ਜਿਨ੍ਹਾਂ ਦੀ ਕਰਜ਼ਾ ਮਾਫੀ ਭਲਕੇ ਕੀਤੀ ਜਾ ਰਹੀ ਹੈ, ਕਰਜ਼ਾ ਮਾਫੀ ਦੇ ਸਰਟੀਫਿਕੇਟ ਜਿਹੜੇ ਨੇ ਜਿਹੜੇ ਕਿਸਾਨਾਂ ਨੂੰ ਮਿਲ ਜਾਣੇ ਆ, ਉਹਨਾਂ ਕਿਸਾਨਾਂ ਦੀ ਇੱਕ ਵੱਡੀ ਗਿਣਤੀ ਸ਼ਾਹਕੋਟ ਦੇ ਨਾਲ ਸੰਬੰਧਿਤ ਹੈ। ਤੀਸਰੇ ਪਾਸੇ ਇਹ ਵੀ ਪਤਾ ਲੱਗਿਆ ਕਿ ਕੱਲ੍ਹ ਨੂੰ ਜਿਹੜਾ ਕਾਂਗਰਸੀ ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਅੰਗ ਸੰਗ ਘੁੰਮਦਾ ਫਿਰਦਾ ਨਜ਼ਰ ਆਇਆ, ਹਾਂ ਕਾਂਗਰਸ ਪਾਰਟੀ ਵੱਲੋਂ ਉਧਰਲੇ ਪਾਸੇ ਨੂੰ ਹੋ ਰਹੀ ਹੈ। ਹੁਣ ਇਹ ਵੀ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਪਿਛਲੇ ਦਿਨਾਂ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਖੇ ਦਾ ਚਰਚਾ ਚੱਲਦਾ ਰਿਹਾ, ਜਗਬੀਰ ਬਰਾੜ ਜ਼ਿਲ੍ਹਾ ਜਲੰਧਰ ਦੇਹਾਤੀ ਪ੍ਰਧਾਨ ਨੇ ਉਹਨਾਂ ਦਾ ਚਰਚਾ ਚੱਲਦਾ ਰਿਹਾ। ਅਵਤਾਰ ਹੈਂਦਰੀ ਪਿਛਲੇ ਹਫ਼ਤੇ 2 ਗੇੜੇ ਸ਼ਾਹਕੋਟ ਦੇ ਵਿੱਚ ਮਾਰ ਗਏ ਆ। ਜਦੋਂ ਪੁੱਛਿਆ ਗਿਆ ਸੀ ਕਹਿੰਦੇ ਜੋ ਕੁਝ ਮੁੱਖ ਅਧਿਆਪਕ ਸਾਹਿਬ ਕਰਨਗੇ ਆਪਾਂ ਉਹੀ ਮੰਨ ਲੈਣੀ ਹੈ, ਕਹਿਣ ਦਾ ਭਾਵ ਕਿ ਜੋ ਕੁਝ ਸਾਡੀ ਪਾਰਟੀ ਦੀ ਹਾਈਕਮਾਂਡ ਆਖੇਗੀ ਆਪਾਂ ਉਹੀ ਮੰਨ ਲੈਣਾ। ਨਾਮ ਉਹਨਾਂ ਨੇ ਸਿੱਧੇ ਤੌਰ ਤੇ ਕਪਤਾਨ ਸਾਹਿਬ ਦਾ ਲੈਤਾ ਸੀ, ਤੇ ਹੁਣ ਜਿਹੜਾ ਲੀਡਰ ਕੱਲ ਨੂੰ ਕਪਤਾਨ ਸਾਹਿਬ ਨੇ ਆਪਣੇ ਅੰਗ ਸੰਗ ਰੱਖਿਆ, ਸੰਕੇਤ ਉਹਨਾਂ ਨੇ ਦੇ ਜਾਣਾ ਭੜਕ ਨੂੰ ਕਿ ਭਾਈ ਕਿਹੜਾ ਬੰਦਾ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਅਗਲਾ ਕੈਂਡੀਡੇਟ ਹੋਏਗਾ। ਦੂਸਰੇ ਪਾਸੇ
ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੋਏਗੀ ਕਿ ਅਕਾਲੀ ਤੇ ਆਮ ਆਦਮੀ ਪਾਰਟੀ ਵਾਲੇ ਕੱਲ ਨੂੰ ਕਿਹੜੇ ਬੰਦੇ ਨੂੰ ਅੱਗੇ ਕਰਕੇ ਬਹੁਤ ਐਕਸ਼ਨ ਕਰਦੇ ਆ, ਕਿਉਂਕਿ ਉਸੇ ਬੰਦੇ ਦੇ ਫਿਰ ਸ਼ਾਹਪੁਰ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਵੀ ਜਿਹੜੀਆਂ ਪੈਦਾ ਹੋਣੀਆਂ। ਆਪਾਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਸ਼ਾਹਕੋਟ ਨਕੋਦਰ ਦੇ ਗੁਆਂਢ ਦੇ ਵਿੱਚ ਇੱਕ ਐਸਾ ਵਿਧਾਨ ਸਭਾ ਹਲਕਾ ਜਿੱਥੋਂ ਦੀ ਕੋਈ ਮੁੱਖ ਸੜਕ ਨਹੀਂ ਲੰਘਦੀ, ਜਿੱਥੇ ਦੇ ਤਿੰਨ ਕਸਬਿਆਂ ਦੇ ਵਿੱਚੋਂ ਕਿਸੇ ਦੇ ਕੋਲ ਵੀ ਇਸ ਵੇਲੇ ਬੱਸ ਅੱਡਾ ਨਹੀਂ, ਤੇ ਉਮੀਦ ਹੈ ਕਿ ਲੱਖਾਂ ਚ ਨਹੀਂ ਕਰੋੜਾਂ ਰੁਪਈਏ ਵਿੱਚ ਭਰ ਕੇ ਗ੍ਰਾਂਟਾਂ ਜਿਹੜੀਆਂ ਨਕੋਦਰ ਦੇ ਗੁਆਂਢ ਦੇ ਵਿੱਚ ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਆ, ਤੇ ਵਿਰੋਧੀ ਧਿਰਾਂ ਨੇ ਇਸ ਨੂੰ ਵੋਟਾਂ ਹਾਸਲ ਕਰਨ ਦੀ ਇੱਕ ਬਹੁਤ ਵੱਡੀ ਜੁਗਾੜ ਕਰਨ ਦੀ ਕਹਿ ਕੇ ਪ੍ਰਚਾਰਨਾ ਵੀ ਜ਼ਰੂਰ ਹੈ ਜੀ। ਸੋ ਵਟਸ ਸਾਹਿਬ ਖਬਰਾਂ ਸਾਰਿਆਂ ਦੇ ਉੱਤੇ ਸਾਂਝ ਪਾਉਣ ਦੇ ਵਾਸਤੇ ਤੁਹਾਡਾ ਬਹੁਤ ਧੰਨਵਾਦ, ਪਰ 10 ਕੁ ਮਿੰਟ ਤੁਹਾਡੇ ਹੋਰ ਲਵਾਂਗੇ, ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਕੁਛ ਕਾਲਾਂ ਲਵਾਂਗੇ ਜਿਹੜੇ ਸਰੋਤੇ ਸੱਜਣ ਤੁਹਾਡੇ ਤੋਂ ਕੁਛ ਸਵਾਲਾਂ ਦੇ ਜਵਾਬ ਲੈਣਾ ਚਾਹੁੰਗੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।